15 ਦਿਨਾਂ ਦੇ ਵਿੱਚ ਹੀ ਬੰਦਾ ਆਉਂਦਾ ਅਮਰੋ ਸ਼ਕਦਾ ਉਹ ਆਪਣੇ ਆਪ ਹੀ ਤੁਹਾਡਾ ਲੀਡਰ ਬਣ ਜਾਂਦਾ ਹੈ ਮਗਰ ਬੋਲੇ ਸੋਨੇ ਹਾਲ ਬੋਲੇ ਸੋਨੇ ਕਿਦਾ ਜਿੱਤ ਦਿਲ ਕਰਦਾ ਉਹਨੇ ਸਰਤ ਬੰਦ ਕਰ ਦੇਣੀ ਕਿਦਾ ਦਿਲ ਕਰਦਾ ਇੱਥੇ ਮਤਲਬ ਕੋ ਮਾਹੌਲ ਖਰਾਬ ਹੋ ਜਾਣਾ ਲਾਲ ਕਿਲੇ ਦੇ ਉੱਤੇ ਕੀਰਤਨ ਦਰਬਾਰ ਕਰ ਲੋ ਸਾਬ ਜਿਆਦੇ ਦੀ ਛੁੱਟੀ ਯੋਗੀ ਜੀ ਮੇਰੇ ਖਿਆਲ ਉੱਥੇ ਵਿਰਾਸਤ ਖਾਲਸਾ ਬਣਾਉਣ ਲੱਗੇ ਨੇ ਬਹੁਤ ਵਧੀਆ ਇੱਕ ਦਿਨ ਰਾਜੇਵਿੰਗ ਦੀ ਸਟੇਟਮੈਂਟ ਆਈ ਹੈ ਸਾਰੇ ਉਹ ਪੋਸਟਰ ਤੁਸੀਂ ਵੀ ਮੇਰੇ ਖਲ ਚਲਾਇਆ ਕਿ ਜਿਹੜਾ ਬਾਹਰ ਬੈਠਾ ਪੰਨੂ ਦੇ ਗੱਲ ਚ ਹਾਰ ਪਾਊਗਾ ਛੇਤਰਾਂ ਦਾ ਉਹਨੂੰ ਮੈਂ ਲੱਖ ਰੁਪਈਆ ਜਿਹੜਾ ਲੱਖ ਡਾਲਰ ਦਵਾਂਗਾ ਕਿਉਂ ਯਾਰ ਕਿਸੇ ਨੇ ਪਾਉਣਾ ਤੇਰਾ ਵੀਜ਼ਾ ਲੱਗਾ ਹੋਣਾ ਤੂੰ ਚੱਲ ਜਾ ਉੱਥੇ ਤੈਨੂੰ ਲੱਖ ਅਸੀਂ ਇਕੱਠਾ ਕਰਕੇ ਦੇ ਦਾਂਗੇ ਲੋਕਾਂ ਦੇ ਪੁੱਤ ਤੁਸੀਂ ਕਿਉਂ ਮਰਵਾਉਦੇ ਸੰਨ 2000 ਤੱਕ ਨਾਗਰਾ ਸਾਹਿਬ ਪੰਜਾਬ ਦੀ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹ ਸਭ ਤੋਂ ਉੱਪਰ ਸੀਗੀ ਤੇ ਅੱਜ ਮੇਰਾ ਖਾਲਸਾ ਹੀ ਸਭ ਤੋਂ ਥੱਲੇ ਜਾ ਰਿਹਾ ਹੈ ਉੜੀਸਾ ਤੋਂ ਵੀ ਥੱਲੇ ਆ ਗਈ ਹੈ ਕਿ ਸਾਡੇ ਪੰਜਾਬ ਦਾ ਇੰਡਸਟ੍ਰੀਲਿਸਟ ਜਾ ਕੇ ਵੱਡੇ ਇੰਡਸਟ੍ਰੀਲਿਸਟ ਜਾ ਕੇ ਯੂਪੀ ਦੇ ਵਿੱਚ ਯੋਗੀਆਂ ਨਾਲ ਮੀਟਿੰਗ ਕਰ ਰਹੇ ਨੇ ਕਿ ਸਾਨੂੰ ਇੱਥੇ ਪਨਾਹ ਚਾਹੀਦੀ ਹੈ ਇੱਥੇ ਕਾਰੋਬਾਰ ਚਾਹੀਦਾ ਤੇ ਲੱਖ ਲਾਣ ਤੇ ਯਾਰ ਤੁਹਾਡੇ ਉੱਤੇ ਹੁਣ ਗੁਰੂ ਘਰਾਂ ਦਾ ਪੈਸਾ ਜਾਂਦਾ ਕਿੱਥੇ 选举ਾਂ ਹੁੰਦੀਆਂ 25 25000 ਰੁਪਇਆ ਪੰਚਾਇਤ ਨੂੰ ਜਾਂ ਲਾਕੇ ਚ ਹਰ ਪਿੰਡ ਚ ਚਾਰ ਚਾਰ ਗੁਰਦੁਆਰੇ ਉੱਥੇ ਦਿੱਤਾ ਜਾਂਦਾ ਉਸ ਪੈਸੇ ਦੀ ਮੈਂ ਚੈਲੇਂਜ ਕਰਦਾ ਕੀ ਗਾਰੰਟੀ ਹੈ ਕਿ ਉਹਦੀ ਸ਼ਰਾਬ ਜਾਂ ਉਹਦੀ ਦੁਰਵਰਤੋਂ ਜਾਂ ਉਹਦੇ ਮੀਟਾਂਡਾ ਨਹੀਂ ਖਾਦਾ ਜਾਂਦਾ ਤੁਸੀਂ ਯਾਰ 选举ਾਂ ਤੱਕ ਉਸ ਬੇਸ ਦੇ ਉੱਤੇ ਲੜਦੇ ਹੋ ਅੱਜ ਤੱਕ 50 ਕਰੋੜ ਰੁਪਏ ਦੇ ਕਰੀਬ-ਕਰੀਬ ਜਿਹੜੀਆਂ ਇਹਨਾਂ ਦੀਆਂ ਐਜੂਕੇਸ਼ਨ ਦੇ ਟੀਚਰਾਂ ਦੀਆਂ SGPC ਦੀਆਂ ਤਨਖਾਹਾਂ ਪੈਂਡਿੰਗ ਨੇ ਦੇਣ ਵਾਲੀਆਂ ਫਿਰ ਉਹ ਪੈਸਾ ਜਾਂਦਾ ਕਿੱਥੇ ਆ ਤੁਸੀਂ YouTube ਦੇ ਉੱਤੇ ਬਾਣੀ ਦਾ ਪ੍ਰਸਾਰ ਕਰੋ ਕੋਈ ਵੀ ਚੈਨਲ ਸਪੋਕਸਮੈਨ ABC ਕੋ ਜਰਨਲ ਬੰਦਾ ਵੀ ਉਹਨੂੰ ਚੁੱਕ ਕੇ ਮਤਲਬ ਆਪਣੀ Facebook ਦੇ ਉੱਤੇ ਆਪਣੀ ਸੋਸ਼ਲ ਸਾਈਟ ਦੇ ਉੱਤੇ ਪਾ ਲਵੇ ਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਹੋਊਗਾ ਤੇ ਲੋਕ ਸਿੱਖੀ ਨਾਲ ਵੀ ਜੁੜਨਗੇ ਤੇ ਸੁਖਵੀਰ ਬਾਦਲ ਆਪ ਹੀ ਪ੍ਰਧਾਨ ਨੇ ਆਪ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾਉਂਦੇ ਨੇ ਤੇ ਆਪਣੀ ਮਰਜ਼ੀ ਦੇ ਅਨਸਾਰ ਹੀ ਮਤਲਬ ਬਾਣੀ ਚਲਾਉਂਦੇ ਨੇ ਕੱਲ ਇਹਨਾਂ ਦੇ ਇੱਕ ਮੈਂਬਰ ਮੈਂ ਸੁਣਦਾ ਸੀਗਾ ਨਾਗਰਾ ਸਾਹਿਬ ਉਹ ਕਹਿ ਰਹੇ ਨੇ ਕਿ ਐਸਜੀਪੀਸੀ ਮੈਂਬਰ ਕੋ ਤਨਖਾਹ ਨਹੀਂ ਲੈਂਦਾ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਆਪਣੇ ਧਰਮ ਪ੍ਰਚਾਰ ਕਮੇਟੀ ਦਾ ਬਜਟ ਕੱਢ ਕੇ ਦਿਓ ਪਰ ਮੈਂਬਰ ਨੂੰ ਪਰ ਈਅਰ ਕਿੰਨੇ ਪੈਸੇ ਜਾਂਦੇ ਨੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ ਤੇ ਕੀ ਤੁਸੀਂ ਕਦੀ ਧਰਮ ਪ੍ਰਚਾਰ ਕੀਤਾ ਤੁਹਾਡੇ ਬਹੁਤ ਸਾਰੇ ਮੈਂਬਰਾਂ ਦੇ ਆਪਣੇ ਬੱਚੇ ਮੇਰੇ ਖਾਲਸਾ ਦੇ ਵਾਲ ਕੱਟੇ ਹੋਣਗੇ ਤੇ ਮਤਲਬ ਜਿਹੜੇ ਉਹ ਪੂਰਨ ਆਪਣੇ ਘਰ ਚ ਤੇ ਤੁਸੀਂ ਪ੍ਰਚਾਰ ਪ੍ਰਸਾਰ ਕਰ ਨਹੀਂ ਸਕਦੇ ਸਿੱਖੀ ਦਾ ਤੇ ਲੋਕਾਂ ਨੂੰ ਯਾਰ ਤੁਸੀਂ ਕੀ ਮਤਾਂ ਦਿੰਦੇ ਹੋ ਹਾਈ ਕੋਰਟ ਨੇ ਕਿਹਾ ਕਿ ਰੱਬ ਦਾ ਵਾਸਤਾ ਤੁਹਾਡੇ ਕੋਲੋਂ ਨਸ਼ਾ ਨਹੀਂ ਖਤਮ ਹੁੰਦਾ ਘਾਟ ਹੀ ਕਰ ਦੋ ਇਹਨੂੰ ਮਤਲਬ ਇੱਕ ਕੋਰਟ ਇਹ ਕਹਿ ਰਹੀ ਕੋਰਟ ਤੱਕ ਹੱਥ ਖੜੇ ਕਰ ਚੁੱਕੀ ਆ ਤੇ ਕਿੱਥੋਂ ਤੁਸੀਂ ਪੰਜਾਬ ਨੂੰ ਦਰੁਸਤ ਕਰਨ ਦੀਆਂ ਗੱਲਾਂ ਕਰਦੇ ਹੋ ਯਾਰ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸੈਸ਼ਨ ਨਾਗਰ ਤੋਂ ਸਾਰੇ ਹਾਂ ਦਾ ਸਵਾਗਤ ਕਰਦਾ ਪੰਜਾਬ ਦੀ ਸਿਆਸਤ ਇੱਕ ਵਾਰ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਪੂਰੀ ਭੱਕ ਜਾਂਦੀ ਹੈ ਜਦੋਂ ਉਹ ਗੁਰੂ ਘਰ ਦੇ ਵਿੱਚ ਪਈ ਗੋਲਕ ਨੂੰ ਲੈ ਕੇ ਇੱਕ ਬਿਆਨ ਦਿੰਦੇ ਨੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਗਰਮ ਆ ਜਾਂਦੀ ਹੈ ਤੇ ਉਸ ਜਿਹੜੀ ਗਰਮਾਈ ਹੋਈ ਸਿਆਸਤ ਤੋਂ ਬਾਅਦ ਮਨਦੀਪ ਮੱਨਾ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਵਾਲ ਪੁੱਛ ਲੈਣਗੇ ਨੇ ਉਹਨਾਂ ਦੇ ਜਿਹੜੇ ਇੱਕ ਨਿੱਜੀ ਚੈਨਲ ਦੇ ਸਵਾਲ ਖੜਾ ਕਰ ਦਿੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਖੜਾ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਸਿਆਸਤ ਇੱਕ ਵਾਰ ਫੇਰ ਤੋਂ ਹੋਰ ਜ਼ਿਆਦਾ ਭੱਜ ਜਾਂਦੀ ਹੈ ਮੇਰੇ ਨਾਲ ਇਸ ਵਕਤ ਮੌਜੂਦ ਨੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਨਾਗਰਾ ਸਾਹਿਬ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਨੂੰ ਹਮਨਤਮਾਨ ਹੋ ਰਿਹਾ ਦਾ ਉਹ ਗੋਲਕ ਵਾਲਾ ਜਿਹਦਾ ਬਿਆਨ ਸੀਗਾ ਉਸ ਨੂੰ ਤੁਸੀਂ ਕਿੰਨੇ ਗੋਸ ਦੇ ਨਾਲ ਕਿੰਨੇ ਸਹਿਮਤ ਹੋ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਮੈਂ ਤੁਹਾਡਾ ਇੱਕ ਪੋਸਟ ਦੇਖਿਆ ਜਿਸ ਦੇ ਅੰਦਰ ਤੁਸੀਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਤੇ ਭਗਵੰਤ ਮਾਨ ਦੀ ਕਿਤੇ ਨਾ ਕਿਤੇ ਉਸ ਬਿਆਨ ਤੇ ਹਮਾਇਤ ਕਰਦੇ ਹੋ ਨਾ ਜੀ। ਅ ਦੇਖੋ ਮੈਂ ਇੱਕ ਚੀਜ਼ ਕਹਿਣੀ ਚਾਹਨਾ ਕਿ ਮੈਂ ਨਹੀਂ ਕਹਿੰਦਾ ਕਿ ਗੋਲਕਾਂ ਚੁੱਕ ਦਿੱਤੀਆਂ ਜਾਣ। ਪਰ ਮੈਂ ਵੀ ਨਹੀਂ ਕਹਿੰਦਾ ਕਿ ਉਹਨੇ ਕੀ ਗਲਤ ਕਹਿ ਦਿੱਤਾ ਕਿ ਉਹਨੂੰ ਐਡਾ ਤੁਸੀਂ ਹਾਲ ਨਾ ਮਚਾ ਦਿੱਤਾ। ਮੈਂ ਤਾਂ ਇਹ ਕਹਿਣਾ ਕਿ ਜਿਹੜਾ ਬੰਦਾ ਸ਼ਰਦਾ ਦੇ ਨਾਲ ਪੈਸੇ ਚੜਾਉਂਦਾ ਗੁਰਦੁਆਰੇ ਦੇ ਵਿੱਚ ਉਹ ਗੁਰੂ ਘਰ ਨੂੰ ਪੈਸੇ ਚੜਾਉਂਦਾ। ਗੁਰੂ ਘਰ ਦੇ ਵਿੱਚੋਂ ਬਾਣੀ ਦਾ ਪ੍ਰਚਾਰ ਪ੍ਰਸਾਰ ਲੰਗਰ ਮਤਲਬ ਉਹ ਕਈ এডਿਕੇਸ਼ਨਲ ਸੁਸਾਇਟੀਜ਼ ਮਤਲਬ ادارے ਚੱਲਦੇ ਨੇ ਉਹ ਉਹਦੇ ਜਿੱਥੇ ਲੋਕੀ ਦਾਨ ਦਿੰਦੇ ਨੇ ਉਹਦੀ ਵਰਤੋਂ ਤੇ ਸਹੀ ਹੋਣੀ ਚਾਹੀਦੀ ਹੈ ਨਾ ਅੱਜ ਤੱਕ 50 ਕਰੋੜ ਰੁਪਏ ਦੇ ਕਰੀਬ ਜਿਹੜੀਆਂ ਇਹਨਾਂ ਦੀਆਂ এডਿਕੇਸ਼ਨ ਦੇ ਟੀਚਰਾਂ ਦੀਆਂ ਐਸਜੀਪੀਸੀ ਦੀਆਂ ਤਨਖਾਹਾਂ ਪੈਂਡਿੰਗ ਨੇ ਦੇਣ ਵਾਲੀਆਂ ਫਿਰ ਉਹ ਪੈਸਾ ਜਾਂਦਾ ਕਿੱਥੇ ਆ ਕੀ ਸਵਾਲ ਉਹਨੇ ਜਿਹੜਾ ਮਤਲਬ ਜਿਹੜਾ ਖੜਾ ਕਰ ਦਿੱਤਾ ਐਡਾ ਕਿ ਤੁਸੀਂ ਤੁਹਾਨੂੰ ਹੋਰ ਨਹੀਂ ਕੁਝ ਲੱਭਣ ਡਿਆ ਤੈਨੂੰ ਘੇਰ ਲਿਆ ਮੈਂ ਕੋਈ ਭਗਵੰਤਮਾਨ ਦਾ ਮਹਿਤੀ ਨਹੀਂ ਹੈਗਾ ਮੈਂ ਵੀ ਐਸਜੀਪੀਸੀ ਬਾਰੇ ਬੜੀ ਵਾਰੀ ਇਹਨਾਂ ਨੂੰ ਕਿਹਾ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ ਔਰ ਜਿਵੇਂ ਇੱਕ ਪੋਸਟਰ ਪਾਇਆ ਮੈਂ ਵੈਸੇ ਤੇ ਬੋਲਣਾ ਚਾਹੁੰਦਾ ਸੀਗਾ ਪਰ ਥੋੜੇ ਮਨ ਨੂੰ ਰੁਝੇਵੇਂ ਸੀਗੇ ਮੈਂ ਤੇ ਇੱਕੋ ਸਵਾਲ ਕੀਤਾ ਕਿ ਉਹਨੇ ਗੋਲਕਾਂ ਦੇ ਉੱਤੇ ਤੁਹਾਡੇ ਨਾਲ ਗੱਲ ਕਰ ਦਿੱਤੀ ਤੇ ਜਥੇਦਾਰ ਕਾਲਕਤਖਤ ਸਾਹਿਬ ਅੱਜ ਤੋਂ 6 ਮਹੀਨੇ ਪਹਿਲਾਂ ਕਹਿੰਦੇ ਨੇ ਕਿ ਬਾਣੀ ਜਿਹੜੀ ਉਹ ਫ੍ਰੀ ਹੋਣੀ ਚਾਹੀਦੀ ਹੈ ਦਾ YouTube ਚੈਨਲ ਬਣਨਾ ਚਾਹੀਦਾ ਹੈ ਕੋਈ ਵੀ ਮਤਲਬ ਇਹਨੂੰ ਚਲਾ ਸਕੇ ਕੁਝ ਵੀ ਕਰ ਸਕੇ ਜਥੇਦਾਰ ਸਾਹਿਬ ਦੀ ਤੁਸੀਂ ਗੱਲ ਨਹੀਂ ਮੰਨਦੇ ਬਾਣੀ ਸੁਖਬੀਰ ਬਾਦਲ ਕਹਿੰਦਾ ਮੇਰਾ ਨਿੱਜੀ ਚੈਨਲਾਂ ਦੇ ਉੱਤੇ ਕਈ ਵਾਰੀ ਮੰਨ ਚੁੱਕਾ ਕਿ ਹਾਂ ਮੇਰਾ ਇਹ ਵੀ ਕਦੀ ਹੋਇਆ ਵੀ ਯਾਰ ਸ਼੍ਰੋਮਣੀ ਅਕਾਲੀ ਦਲ ਦਾ ਤੂੰ ਪ੍ਰਧਾਨ ਹੋਵੇਂ ਤੁਹਾਨੂੰ ਤੈਨੂੰ ਨਿਰਸਵਾਰਥ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਔਰ ਤੁਸੀਂ ਉਸ ਚੈਨਲ ਦੇ ਉੱਤੇ ਬਾਣੀ ਦਾ ਪੂਰਾ ਕਬਜ਼ਾ ਕੀਤਾ ਆ ਅੱਜ ਤੁਸੀਂ ਮੈਂ ਚੈਲੰਜ ਕਰਦਾ ਕਿ ਤੂੰ ਬਾਣੀ ਤੁਸੀਂ ਫ੍ਰੀ ਕਰ ਲੋ ਤੇ ਮੇਰਾ ਖਿਆਲ ਹੈ ਦੇਖੂਗਾ ਕੋਈ ਨਹੀਂ ਸਿਰਫ ਬਾਣੀ ਦੇ ਸਿਰ ਤੇ ਉਹ ਚੈਨਲ ਚੱਲ ਰਿਹਾ ਉਹਦੇ ਸਿਰ ਤੇ ਕਮਾਈ ਕੀਤੀ ਜਾ ਰਹੀ ਹੈ ਔਰ ਦੂਜੀ ਚੀਜ਼ ਤੁਸੀਂ ਦੇਖੋ ਲੋਕਾਂ ਨੂੰ ਹਵਾਲਾ ਕੀ ਦਿੱਤਾ ਜਾਂਦਾ ਇਹ ਵਿਦ ਵੀ ਹੋਊਗੀ ਕੋਈ ਐਡ ਚਲਾ ਦੂਗਾ ਯਾਰ ਕਿਹੜੇ ਯੁੱਗ ਚ ਜੀਂਦੇ ਹੋ ਤੁਸੀਂ ਮੰਨ ਲਓ ਤੁਸੀਂ ਫੇਸਬੁੱਕ ਨਾਲ YouTube ਨਾਲੇ ਸ਼ਰਤਾਂ ਤੈਅ ਕਰ ਸਕਦੇ ਹੋ ਤੁਸੀਂ ਪ੍ਰਸ਼ਾਸਨ ਕੋਲੋਂ ਕਾਨੂੰਨ ਬਣ ਸਕਦਾ ਹੈ ਕਿ ਇਹਦੇ ਨਾਂ ਦੇ ਉੱਤੇ ਵਪਾਰ ਨਹੀਂ ਹੋਊਗਾ ਇਹਦੇ ਵਿੱਚ ਕੋਈ ਐਡ ਨਹੀਂ ਚੱਲੂਗੀ ਕੁਝ ਵੀ ਨਹੀਂ ਹੋਊਗਾ ਤੁਸੀਂ YouTube ਦੇ ਉੱਤੇ ਬਾਣੀ ਦਾ ਪ੍ਰਸਾਰ ਕਰੋ ਕੋਈ ਵੀ ਚੈਨਲ ਸਪੋਕਸਮੈਨ ABC ਕੋ ਜਰਨਲ ਬੰਦਾ ਵੀ ਉਹਨੂੰ ਚੁੱਕ ਕੇ ਮਤਲਬ ਆਪਣੀ ਫੇਸਬੁੱਕ ਦੇ ਉੱਤੇ ਆਪਣੀ ਸੋਸ਼ਲ ਸਾਈਟ ਦੇ ਉੱਤੇ ਪਾ ਲਵੇ ਲੰਗਰ ਤੁਸੀਂ ਮਤਲਬ ਵੰਡਿਆ ਜਾਂਦਾ ਜੋ ਫ੍ਰੀ ਵੰਡਿਆ ਜਾਂਦਾ ਤੇ ਬਾਣੀ ਕਿਉਂ ਨਹੀਂ ਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਹੋਊਗਾ ਤੇ ਲੋਕ ਸਿੱਖੀ ਨਾਲ ਵੀ ਜੁੜਨਗੇ ਸੋ ਸਵਾਲ ਜਿਹੜੇ ਮੈਂ ਕਰਨਾ ਚਾਹੁੰਦਾ ਸੀਗਾ ਚੰਗੇ ਵੇਲੇ ਚਲੋ ਤੁਹਾਡਾ ਫੋਨ ਆ ਗਿਆ ਮੈਨੂੰ ਥੋੜਾ ਇਹ ਬੋਲਣ ਦਾ ਮੌਕਾ ਮਿਲਿਆ ਹੁਣ ਮੈਂ ਸਾਰ ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸੇਵਾ ਕਰ ਰਹੇ ਹੋ 2 ਦਿਨ ਤੋਂ ਇੱਥੇ ਤੁਹਾਡੇ ਮੈਂਬਰਾਂ ਨੇ ਤੁਹਾਨੂੰ ਕਦੀ ਨਹੀਂ ਕਿਹਾ ਤੁਹਾਨੂੰ ਵਿੱਚੋਂ ਤੇ ਸਾਰੇ ਕਹਿੰਦੇ ਨੇ ਕਿ ਯਾਰ ਤੁਹਾਡੇ ਸਾਹਮਣੇ ਡਰਦੇ ਨਾ ਬੋਲਣ ਕਿ ਹਾਂ ਯਾਰ ਬਹੁਤ ਵੱਡਾ ਦਾਗ ਹੈ ਸਾਡੇ ਉੱਤੇ ਇਸ ਬਾਣੀ ਨੂੰ ਫ੍ਰੀ ਕਰੋ ਇਹ ਫ੍ਰੀ ਚੱਲਣੀ ਚਾਹੀਦੀ ਹੈ ਮੇਰੇ ਕੋਈ ਸਵਾਲ ਨੇ ਲਓ ਮਿਰਤੇ ਵੀ ਕਰਨੇ ਮਾਨਾ ਨਹੀਂ ਦਾ ਕੇਸ ਭਗਵਾਨ ਜੀ ਮਾਨ ਦੇ ਖਿਲਾਫ ਕੰਪਲੇਂਟ ਦੇ ਨਗਾਏ ਨੇ ਬਾਲਣ ਦਾ ਘਪਲਾ ਇਹਨਾਂ ਦਾ ਮੈਂ ਕੱਢਿਆ ਸੀਗਾ ਕਿ ਟੈਂਡਰ ਵੱਡੇ ਮੁੱਢਾਂ ਦਾ ਲੱਗਦਾ ਤੇ ਸਪਲਾਈ ਉੱਥੇ ਫਰੇ ਜਾ ਕੇ ਕੀਤੇ ਜਾਂਦੇ ਨੇ ਤੁਹਾਡੇ ਚੈਨਲ ਤੋਂ ਇੱਕ ਪੱਤਰਕਾਰ ਸੀਗੇ ਤੇ ਉਹਨਾਂ ਉੱਥੇ ਜਾ ਕੇ ਵੀਡੀਓ ਬਣਾ ਲਈ ਸੀਗੀ ਬਾਲਣ ਦਾ ਰੇਟ ਅੱਧੋ-ਆਦਾਂ ਫਰਕ ਹੁੰਦਾ ਔਰ ਇਹਨਾਂ ਮੰਨਿਆ ਕਿ ਘਪਲਾ ਕਿਉਂ ਘਟ ਆਉਂਦਾ ਸੀਗਾ ਇਹਨਾਂ ਨੇ ਆਪਣੇ ਬੰਦੇ ਕੋ ਦੋ ਤਿੰਨ ਲਈ ਕੋ ਸਸਪੈਂਡ ਕੀਤੇ ਇਹਨਾਂ ਦੀਆਂ ਰਿਪੋਰਟਾਂ ਨੇ ਕੁਝ ਫੇਰ ਉੱਥੇ ਦੇ ਉੱਥੇ ਲੱਗ ਜਾਂਦੇ ਨੇ ਕਿ ਜਿਹੜਾ ਘਿਓ ਹੈ ਵਿੱਚੋਂ ਘਟ ਆਉਂਦਾ ਅੱਗੇ ਆ ਜਿ 328 ਰੂਪ ਤੋਂ ਇੱਕ ਲਗਾਤਾਰ ਧਰਨਾ ਚੱਲ ਰਿਹਾ ਹੈ 1.5 ਸਾਲ ਤੋਂ ਉਹ ਨਹੀਂ ਯਾਰ ਤੁਹਾਨੂੰ ਦਿਸਦਾ ਕਿ ਉਹਦੇ ਨਾਲ ਵੀ ਮਤਲਬ ਬੇਦਬੀ ਹੁੰਦੀ ਉਹਦੇ ਨਾਲ ਵੀ ਬਹੁਤ ਵੱਡਾ ਜਿਹੜਾ ਦਾਗ ਲੱਗਾ ਅੱਗੇ ਆਜੋ ਸੁਲਤਾਨਪੁਰ ਲੋਧੀ ਟੈਂਟ ਲੱਗਾ ਸੀਗਾ ਉਹ ਵੀ ਇਨ ਡਾਇਰੈਕਟਲੀ ਇਸ ਚੈਨਲ ਦੇ ਮਾਲਕ ਨੂੰ ਜਾਂ ਮਤਲਬ ਕਲੈਕਟ ਕਰਕੇ ਇਹਨਾਂ ਨੇ ਆਪਣੇ ਕੋਲ ਰੱਖਿਆ ਸੀਗਾ ਔਰ ਉਹ 'ਚ ਵਾਅਦਾ ਕੀਤਾ ਗਿਆ ਵੀ ਇੰਨੀ ਮਾਉਂਟ ਹੋਰ ਵਧਾ ਦਿਓ ਕੋਈ ਮੈਂਬਰ ਬੋਲਦਾ ਹੀ ਨਹੀਂ ਇਹਨਾਂ ਦੇ ਅੱਗੇ ਕਰਨ ਮੇਰੇ ਮੇਰੇ ਉੱਤੇ ਕੇਸ ਅੱਗੇ ਆਜੋ ਲੰਗਰ ਹਾਲ ਦੀ ਇੱਕ ਬਿਲਡਿੰਗ ਬਣ ਰਹੀ ਸੀ ਮੈਂ ਨਾਗਰਾ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਗੁਰੂ ਘਰ ਦੀ ਸੇਵਾ ਚਲਾ ਦਿਓ ਕਿ ਇੱਥੇ ਇਮਾਰਤ ਬਣਨੀ ਹੈ ਹਰਮੰਦਰ ਸਾਹਿਬ ਦੇ ਅੰਦਰ ਤੇ ਮੇਰਾ ਖਿਆਲ ਹੈ ਲੋਕੀ ਆਪਣੇ ਘਰ ਦੀਆਂ ਇੱਟਾਂ ਤੱਕ ਦੇੜ ਕੇ ਦੇ ਦੇਣਗੇ ਠੀਕ ਹੈ ਜੀ ਲੰਗਰ ਹਾਲ ਦਾ ਟੈਂਡਰ ਦੇ ਦਿੱਤਾ ਗਿਆ ਕਿੰਨੇ ਕਰੋੜ ਦਾ ਮਤਲਬ ਉਹ ਪੂਰਾ ਨਹੀਂ ਹੋਇਆ ਫਿਰ ਉੱਥੇ ਕਿਸੇ ਕੋਲੋਂ ਸੇਵਾ ਕਰਾਈ ਗਈ ਮਤਲਬ ਇਹ ਤੁਹਾਨੂੰ ਕੋਈ ਨਹੀਂ ਯਾਰ ਪੁੱਛਣ ਆਲਾ ਤੁਹਾਨੂੰ ਕੋਈ ਨਾ ਪੁੱਛੇ ਵੀ ਤੁਸੀਂ ਜੋ ਕਰਦੇ ਹੋ ਸਭ ਕੁਝ ਠੀਕ ਹੈ ਹੁਣ ਗੁਰੂ ਘਰਾਂ ਦਾ ਪੈਸਾ ਜਾਂਦਾ ਕਿੱਥੇ ਹੈ ਲੈਕਸ਼ਨਾ ਹੁੰਦੀਆਂ ਨੇ 25-25000 ਰੁਪਿਆ ਪੰਚਾਇਤ ਨੂੰ ਜਾਂ ਲਾਕੇ ਚ ਹਰ ਪਿੰਡ ਚ ਚਾਰ-ਚਾਰ ਗੁਰਦੁਆਰੇ ਨੇ ਉੱਥੇ ਦਿੱਤਾ ਜਾਂਦਾ ਉਸ ਪੈਸੇ ਦੀ ਮਤਲਬ ਚੈਲੰਜ ਕਰਦਾ ਕਿ ਕੀ ਗਰੰਟੀ ਹੈ ਕਿ ਉਹਦੀ ਸ਼ਰਾਬ ਜਾਂ ਉਹਦੀ ਦੁਰਵਰਤੋਂ ਜਾਂ ਉਹਦੇ ਮੀਟ ਆਂਡਾ ਨਹੀਂ ਖਾਦਾ ਜਾਂਦਾ ਤੁਸੀਂ ਯਾਰ ਇਲੈਕਸ਼ਨਾਂ ਤੱਕ ਉਸ ਬੇਸ ਦੇ ਉੱਤੇ ਲੜਦੇ ਹੋ ਔਰ ਮੈਨੂੰ ਅੱਜ ਕਿਉਂ ਪੋਸਟਰ ਪਾਉਣਾ ਪਿਆ ਮਤਲਬ ਉਹ ਪੰਜਾਬੀ ਆ ਨਾ ਉਧਰੋਂ ਭੁਜਾਈ ਲਿਆ ਵੀ ਜਿਹਦੇ ਨਾਲ ਕੋਈ ਨਾ ਖਲੋਵੇ ਯਾਰ ਉਹਦੇ ਨਾਲ ਖਲੋਜੋ ਉਹ ਬੋਲ ਬੈਠਾ ਤੇ ਮੈਂ ਇਹਦੀ ਸਾਰੀ ਮਿਨਿਸਟਰੀ ਨੂੰ ਹੁਣ ਮੈਨੂੰ ਨਹੀਂ ਪਤਾ ਤੁਸੀਂ ਚਲਾਓਗੇ ਕਿ ਨਹੀਂ ਚਲਾਓਗੇ ਲੱਖ ਲਾਹਨਤ ਕਹਿਣਾ ਯਾਰ ਤੁਹਾਡੇ ਮੁੱਖ ਮੰਤਰੀ ਦੇ ਉੱਤੇ ਸਵਾਲ ਕਰ ਰਿਹਾ ਔਰ ਤੁਹਾਡੇ ਵਿੱਚੋਂ ਕੋਈ ਬੋਲ ਹੀ ਨਹੀਂ ਰਿਹਾ ਕਿ ਯਾਰ ਤੁਸੀਂ ਉਹਦੀ ਗੱਲ ਦੀ ਤੀ ਦੀ ਕਰਦੇ ਹੋ ਵੀ ਠੀਕ ਕੀਤਾ ਉਹਨੇ ਯਾਰ ਤੁਸੀਂ ਕੌਣ ਹੁੰਦੇ ਹੋ ਕੇਸ ਕਰਾਉਣ ਵਾਲੇ ਕਿਸੇ ਸਿੰਗਲ ਐਮਐਲਏ ਦੀ ਸਟੇਟਮੈਂਟ ਆਈ ਭਗਵੰਤ ਮਾਨ ਦੇ ਹੱਕ ਦੇ ਵਿੱਚ ਕਿਸੇ ਸਿੰਗਲ ਆਪ ਵਰਕਰ ਲੀਡਰ ਦੀ ਸਟੇਟਮੈਂਟ ਆਈ ਮਤਲਬ ਕਮਾਈਆਂ ਕਰਨ ਨੂੰ ਠੀਕ ਨੇ ਵੀ ਮੰਡੇਖਾਨ ਨੂੰ ਲੂਂਬੜੀ ਤੇ ਡੰਡੇਖਾਨ ਨੂੰ ਰੇਸ ਜਿਓ ਸਟੇਟਮੈਂਟ ਦੇ ਚੁੱਕਾ ਦੀ ਪ੍ਰੋੜਤਾ ਤੇ ਕਰੋ ਮਤਲਬ ਸਾਰੇ ਹੀ ਉਹਦੇ ਉੱਤੇ ਦਬਾਅ ਬਣਾਏ ਜਾਂਦੇ ਨੇ ਮੈਂ ਇਸ ਕਰਕੇ ਬੋਲਿਆ ਸੀ ਕਿ ਬਹੁਤ ਜ਼ਿਆਦਾ ਹਿਸਾਬ ਤੁਹਾਡੇ ਕੋਲੋਂ ਮੰਗਣ ਵਾਲੇ ਨੇ ਅੱਜ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੇ ਕੀ ਫਰਜ਼ ਸੀਗੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਮੈਂ ਅੱਗੇ ਵੀ ਇੱਕ ਦਿਨ ਸਵਾਲ ਕੀਤਾ ਸੀਗਾ ਨਾਗਰਾ ਸਾਹਿਬ ਸੁਖਬੀਰ ਬਾਦਲ ਨੇ ਇੱਕ ਮਤਲਬ ਗੱਲ ਕਹੀ ਸੀ ਕਿ ਹਾਈ ਕੋਰਟ ਦੇ ਵਿੱਚ ਸਿੱਖ ਜੱਜ ਨਹੀਂ ਲੱਭੇ ਮਤਲਬ ਆਏ ਨਹੀਂ 11 ਜੱਜ ਲੱਗੇ ਨੇ ਤੇ ਉਹਦੇ ਵਿੱਚੋਂ ਸਿੱਖ ਕੋਈ ਨਹੀਂ ਤੇ ਮੈਂ ਉੱਥੇ ਵੀ ਸਵਾਲ ਕੀਤਾ ਸੀਗਾ ਕਿ ਐਸਜੀਪੀਸੀ ਨੇ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੱਤੀ ਜਿਹਦੇ ਵਿੱਚੋਂ ਤੁਹਾਡੇ ਬੱਚੇ ਤਿਆਰ ਹੋ ਕੇ ਕੋਈ ਜੱਜ ਬਣਨ ਕੋਈ ਆਈਪੀਐਸ ਬਣਨ ਅੱਜ ਸਭ ਤੋਂ ਵੱਡ ਪੰਜਾਬ ਨੂੰ ਮਾਰ ਕਿੱਥੇ ਪੈ ਰਹੀ ਆ ਮੈਂ ਤੁਹਾਨੂੰ ਦੱਸੂਗਾ ਕਿ ਕੋਈ ਵੀ ਬੰਦਾ ਤੁਸੀਂ ਐਸਜੀ ਪੀਸੀ ਵੱਲੋਂ ਫ੍ਰੀ ਪੜਾਇਆ ਜਿਹਨੂੰ ਪੀਸੀਐਸ ਦੀ ਆਈਐਸ ਦੀ ਟ੍ਰੇਨਿੰਗ ਦਿੱਤੀ ਜਾਵੇ ਆਪਣੇ ਤੁਹਾਡੇ ادارے ਚਾਹੇ ਉਹ ਗੁਰਰਾਮਦਾਸ ਮੈਡੀਕਲ ਕਾਲਜ ਆ ਚਾਹੇ ਕੁਝ ਵੀ ਇੰਨੇ ਨੇ ਮਹਿੰਗੇ ਨੇ ਪ੍ਰਾਈਵੇਟ ਕਾਲਜਾਂ ਨਾਲੋਂ ਵੱਧ ਉਹਨਾਂ ਦੀਆਂ ਫੀਸਿਸ ਨੇ ਵੱਧ ਉਹਨਾਂ ਦੇ ਜਿਹੜੀ ਉਹ ਮਤਲਬ ਐਡਮਿਸ਼ਨ ਤੁਸੀਂ ਲੈਂਦੇ ਹੋ ਤੇ ਤੁਸੀਂ ਕਿਹੜੇ ਬੇਸ ਤੇ ਕਹਿੰਦੇ ਤੁਸੀਂ ਆਪਣੇ ਫਰਜ਼ ਤੇ ਨਿਭਾਏ ਨਹੀਂ ਕਿ ਕਿੰਨਾ ਕੁ ਪ੍ਰਚਾਰ ਕੀਤਾ ਜਾਵੇ ਕਿੰਨਾ ਕੁ ਪ੍ਰਸਾਰ ਕੀਤਾ ਜਾਵੇ ਅੱਜ ਪੰਜਾਬ ਨੂੰ ਮਾਰ ਕਿੱਥੇ ਪੈ ਰਹੀ ਹੈ ਮੈਂ ਕੱਲ ਇੱਕ ਡਿਟੇਲ ਲੈਣੀ ਚਾਹੁੰਦਾ ਸੀਗਾ ਕਿ ਪੰਜਾਬ ਦੇ ਜਿੰਨੇ ਵਿਭਾਗ ਨੇ 10 20 30 ਜਿਨ੍ਹਾਂ ਦੇ ਮਤਲਬ ਮਨਿਸਟਰ ਹੁੰਦੇ ਨੇ ਕਿ ਇੱਕ ਮਨਿਸਟਰ ਕੋ ਚਾਰ-ਚਾਰ ਵਿਭਾਗੇ ਮੈਂ ਉਹਦੇ ਵਿੱਚ ਜਾਣਨਾ ਚਾਹੁੰਦਾ ਸੀਗਾ ਕਿ ਉਹਦੀ ਟਾਪ ਮੋਸਟ ਜਿਹੜੀ ਪੋਸਟ ਹੁੰਦੀ ਉਹ ਸੈਕਟਰੀ ਦੀ ਹੁੰਦੀ ਆ ਠੀਕ ਹੈ ਜੀ ਕਿੰਨੇ ਸੈਕਟਰੀ ਪੰਜਾਬੀ ਨੇ ਹੁਣ ਇਹਨੂੰ ਇਹ ਨਾ ਜੋੜ ਲਿਓ ਕਿ ਸਿੱਖ ਪੁੱਛ ਰਿਹਾ ਮੈਂ ਪੰਜਾਬੀ ਕੋਈ ਮਤਲਬ ਗਰ ਕੋ ਰੋੜਾ ਕੋ ਹੁੰਦੇ ਸੰਧੂ ਮਤਲਬ ਪੰਜਾਬੀ ਕਿੰਨੇ ਨੇ ਤੇ ਮੇਰਾ ਨਹੀਂ ਖਿਆਲ ਤੁਹਾਨੂੰ 2 4 5% ਵੀ ਮਿਲਣਗੇ ਇਹਦੇ ਕਰਕੇ ਪੰਜਾਬ ਦਾ ਜਿਹੜਾ ਸਾਰਾ ਤਾਣਾ ਬਾਣਾ ਵਿਗੜ ਗਿਆ ਕਾਰਨ ਕੀ ਹੈ ਕੋਈ ਪੰਜਾਬੀ ਹੋਊਗਾ ਉਹ ਪੰਜਾਬ ਦੀਆਂ ਫੀਲਿੰਗਸ ਨੂੰ ਸਮਝੂਗਾ ਉਹ ਪੰਜਾਬੀਆਂ ਦੇ emotions ਨੂੰ ਸਮਝੂਗਾ ਸਾਰੀ ਜਿਹੜੀ IAS ਲੋਬੀ ਹੈ ਸਾਰੀ UP ਵੀ ਹੱਥੋਂ ਹਾਂਜੀ ਉਹ ਪੜੇ ਲਿਖੇ ਆਏ ਮੈਂ ਉਹਨਾਂ ਦਾ ਕਸੂਰ ਨਹੀਂ ਕਹਿੰਦਾ ਉਹਨਾਂ ਐਜੂਕੇਸ਼ਨ ਲਈ ਉਹਨਾਂ ਤਿਆਰੀ ਕੀਤੀ ਉਹ ਆਏ ਪਰ ਪੰਜਾਬੀ ਬੱਚੇ ਬਣਨੇ ਕਿੱਥੇ ਸ਼ੁਰੂ ਹੋ ਗਏ ਸਾਡੇ ਬੱਚੇ ਤਾਂ ਜਾ ਰਹੇ ਨੇ ਬਾਹਰ ਉਹਨਾਂ ਚੋਂ ਤਾਂ ਕੋ ਲੱਭਦੇ ਨਹੀਂ ਤੁਹਾਨੂੰ IAS PCS ਮੈਮਰੀ ਸਰ ਅੱਜ ਦੇਖਿਆ ਰਹੇ ਨੇ ਨਸ਼ੀ ਮੈਂ ਮੈਂ ਗੱਲ ਪੂਰੀ ਹੋ ਲੈਂਦੋ ਮੇਰੀ ਕਿ ਕੋਈ ਵੀ ਤੁਹਾਨੂੰ ਪੰਜਾਬੀ ਜਿਹੜੇ ਪੰਜਾਬੀਆਂ ਦੀਆਂ ਫੀਲਿੰਗਸ ਨੂੰ ਪੰਜਾਬੀਆਂ ਦੀਆਂ ਨੀਡਸ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਸਮਝ ਸਕਣ ਉਹ ਤੇ ਤੁਹਾਨੂੰ ਲੱਭ ਨਹੀਂ ਰਹੇ ਮਤਲਬ ਮੈਂ ਇੱਕ ਦਿਨ ਪੁੱਛਿਆ ਕੋ ਬਹੁਤ ਵੱਡੇ ਅਫਸਰ ਸੀਗੇ ਰਿਟਾਇਰ ਹੋ ਗਏ ਉਹ ਭਾਜ ਭਾਜ ਚ ਚਲੇ ਗਏ ਮੈਂ ਕਿਹਾ ਜੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਬੜੇ ਟਾਪ ਮੋਸਟ ਜ਼ਿਲ੍ਹੇ ਦੇ ਮੁਖੀ ਰਹੇ ਹੋ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਵਿੱਚ ਬੇੜਾ ਗਰਕ ਕਦੋਂ ਆ ਕ੍ਰਪਸ਼ਨ ਕਦੋਂ ਬਹੁਤ ਜ਼ਿਆਦਾ ਜਿਹੜੀ ਸ਼ੁਰੂ ਹੋਈ ਜਿਹੜੀ ਅੱਜ ਤੱਕ ਕੰਟਰੋਲ ਚ ਨਹੀਂ ਹੋ ਰਹੀ ਉਹਨਾਂ ਮੈਨੂੰ ਸਮਝਾਇਆ ਕਿ ਜਦੋਂ ਭਾਰ ਮਤਲਬ ਮਾਹੌਲ ਖਰਾਬ ਸੀਗਾ ਉਹ ਤੋਂ ਡੈਪੂਟੇਸ਼ਨ ਤੇ ਜਿਹੜੇ ਬੰਦੇ ਆਏ ਨਾ ਉਹਨਾਂ ਦੀ ਕੋ ਫੀਲਿੰਗਸ ਥੋੜੀ ਇੱਥੇ ਜੁੜੀਆਂ ਸੀਗੀਆਂ ਉਹਨਾਂ ਦੇ ਇਮੋਸ਼ਨਸ ਥੋੜ ਦੇ ਮਨਮਰਜ਼ੀਆਂ ਵੀ ਬਹੁਤ ਕੀਤੀਆਂ ਤੇ ਉਹ ਵੀ ਅੱਜ ਤੱਕ ਪਿਆ ਤੇ ਉਹ ਬਹੁਤ ਵੱਡਾ ਜਿਹੜਾ ਉਹ ਦਰਖਤ ਬਣ ਗਿਆ ਹੁਣ ਵੀ ਤੁਹਾਡੇ ਕਿਉਂ ਰਿਹਾ ਕਿ ਜਿੰਨੇ ਵੀ ਅਫਸਰ ਨੇ ਸਾਰੇ ਉਹ ਬਾਹਰ ਤੋਂ ਨੇ ਤੁਸੀਂ ਪੰਜਾਬੀ ਹੋ ਜਾਂ ਜਿਹੜੇ ਜ਼ਿਲ੍ਹੇ ਤੋਂ ਵੀ ਰਹਿਣ ਵਾਲੇ ਹੋ ਨਾਗਰਾ ਤੁਹਾਡਾ ਪਿੰਡ ਹੈ ਜੋ ਦਰਦ ਤੁਸੀਂ ਆਪਣੇ ਪਿੰਡ ਲਈ ਰੱਖ ਸਕੋਗੇ ਬਾਹਰ ਤੁਸੀਂ ਜੋ ਮਰਜ਼ੀ ਕਰਦੇ ਫਿਰੋ ਤੁਹਾਡੇ ਮਨ 'ਚ ਇੱਕ ਤੇ ਹੋਗਾ ਕਿ ਯਾਰ ਮੈਂ ਆਪਣਾ ਪਿੰਡ ਸਵਾਰਾਂ ਇਹਦਾ ਕੋ ਦੁੱਖ ਦਰਦ ਵੰਡਾਂ ਉਹ ਲੋਕ ਸਾਡੇ ਮਤਲਬ ਰਹਿ ਨਹੀਂ ਗਏ ਜਿਹੜੀਆਂ ਸਾਡੀਆਂ ਮਜਬੂਰੀਆਂ ਸਮਝ ਸਕਣ ਜਿਹੜੀਆਂ ਸਾਡੀਆਂ ਜ਼ਰੂਰਤਾਂ ਸਮਝ ਸਕਣ ਹੁਣ ਕੋਈ ਮੰਤਰੀ ਮੁੱਖ ਮੰਤਰੀ ਚਾਹੇ ਭਗਵੰਤ ਮਾਨ ਹੈ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਫੈਸਲਾ ਨਹੀਂ ਲੈ ਸਕਦਾ ਉਹ ਆਪਣੇ ਚੀਫ ਸੈਕਟਰੀ ਨੂੰ ਪੁੱਛੂਗਾ ਕਿ ਇਹਦਾ ਹੱਲ ਕੀ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਹੀ ਹੈ ਨਾ ਸਾਰਾ ਮਤਲਬ ਡਿਪਾਰਟਮੈਂਟ ਹੀ ਦੱਸਦਾ ਹੈ ਨਾ ਉਹ ਇਸ ਨੇਚਰ ਦੇ ਇਸ ਤਬੀਅਤ ਦੇ ਬੰਦੇ ਹੀ ਨਹੀਂ ਹੈਗੇ ਮੈਂ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਦਿਨਾ ਕਿ ਜ਼ਰੂਰੀ ਕਾਬਲੀਅਤ ਨਹੀਂ ਹੁੰਦੀ ਪੜਨਾ ਲਿਖਣਾ ਤੁਹਾਨੂੰ ਉਸ ਇਲਾਕੇ ਦੀ ਤਬੀਅਤ ਨੂੰ ਵੀ ਜਾਣਨਾ ਜ਼ਰੂਰੀ ਹੁੰਦਾ ਅੱਜ ਕਿਸੇ ਗੁਰਦੁਆਰਾ ਸਾਹਿਬ ਦਾ ਮੈਨੇਜਰ ਲਾਉਣਾ ਹੋਵੇ ਮੈਨੇਜਰ ਨੇ ਕਾਗਜ਼ੀ ਪੱਤਰੀ ਸਾਰਾ ਕੁਝ ਕੰਮਕਾਰ ਵੇਖਣਾ ਨਾ ਉਹ ਕਿਸੇ ਪਾਸਟਰ ਨੂੰ ਲਾ ਦਿਓਗੇ ਤੇ ਗੁਰਦੁਆਰਾ ਚਲਾ ਲੂਗਾ ਕਿਸੇ ਮਤਲਬ ਗਰੰਥੀ ਸਿੰਘ ਨੂੰ ਤੁਸੀਂ ਚਰਚ ਦਾ ਮੈਨੇਜਰ ਬਣਾ ਕੇ ਲਾ ਦਿਓਗੇ ਤੇ ਉਹ ਚਲਾ ਸਕਦਾ ਸੋ ਇਹ ਚੀਜ਼ ਨਾ ਬੜਾ ਵੱਡਾ ਜਿਹੜਾ ਮਤਲਬ ਨੁਕਸਾਨ ਹੋ ਗਿਆ ਪੰਜਾਬ ਦਾ ਪੰਜਾਬੀ ਬੱਚੇ ਇੱਥੇ ਰਹਿ ਹੀ ਨਹੀਂ ਗਏ ਇਹ ਪੂਰੀ ਕਾਂਸਪੀਰੇਸੀ ਇੱਕ ਸਾਜ਼ਿਸ਼ ਦੇ ਤਹਿਤ ਸਾਰੇ ਪੰਜਾਬ ਦਾ ਜਿਹੜਾ ਮਾਹੌਲ ਵਿਗੜ ਗਿਆ ਬੱਚੇ ਸਾਡੇ ਸਾਰੇ ਬਾਹਰ ਜਾ ਰਹੇ ਨੇ ਇੱਥੇ ਬੱਚਾ ਕੋ ਪੜ੍ਹ ਲੈ ਕੇ ਰਹਿਣਾ ਹੀ ਨਹੀਂ ਚਾਹੁੰਦਾ ਜੋ ਸਾਡੇ ਸਿਆਸੀ ਆਗੂ ਨੇ ਵੱਡੇ ਵੱਡੇ ਆਪਣੇ ਜਿਹੜੇ ਸੈਕਟਰ ਬਣਾ ਲਈ ਕੋਈ ਹੋਤੀ ਕੋਈ ਕਿਸੇ ਨੇ ਮੈਂ ਮੈਂ ਚੈਲੰਜ ਕਰਦਾ ਨਾਗਰਾ ਸਾਹਿਬ ਕਿ ਜਿੰਨੇ ਪੋਲੀਟੀਸ਼ੀਨ ਨੇ ਆ ਤੇ ਹੁਣ ਨਵੇਂ ਆਏ ਨੇ ਨਾ ਪੁਰਾਣੇ ਜਿਨ੍ਹਾਂ ਨੇ 20 20 30 30 ਸਾਲ ਸਾਡੇ ਉੱਤੇ ਰਾਜ ਕਰ ਲਿਆ ਉਹਨਾਂ ਦੇ ਆਪਣੇ ਬੱਚਿਆਂ ਦੀ ਪੀਆਰ ਤੇ ਐਜੂਕੇਸ਼ਨ ਸਾਰੀ ਬਾਹਰ ਹੋਊਗੀ ਮੈਂ ਕਿ ਤੂੰ ਪਿਛੇ ਜੇ ਸਵਾਲ ਕੀਤਾ ਸੀ ਸਾਡੇ ਇੱਥੇ ਮਤਲਬ ਇੱਕ ਮੰਤਰੀ ਸੀਗੇ ਉਹ ਪਿਛਲੀ ਸਰਕਾਰ ਦੀ ਗੱਲ ਹੈ ਆਪਣਾ ਬੱਚਾ ਉਹਨਾਂ ਦਾ ਕੈਨੇਡਾ ਪੜਨ ਗਿਆ ਤੇ ਮੈਂ ਇੱਕ ਜੈਨੂਨ ਜਿਹਾ ਸਵਾਲ ਕੀਤਾ ਹੈ ਕਿ ਫਿਰ ਪੰਜਾਬ ਦੇ ਸਾਰੇ ਬੱਚੇ ਭੇਜੋ ਨਾ ਯਾਰ ਜੇ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਿੱਖਿਆ ਚੰਗੀ ਨਹੀਂ ਤੇ ਤੁਸੀਂ ਆਪਣਾ ਬੱਚਾ ਬਾਹਰ ਭੇਜਿਆ ਨਾ ਤੇ ਫਿਰ ਇਹ ਹੱਕ ਤੇ ਪੰਜਾਬ ਦੇ ਹਰ ਬੱਚੇ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਤੁਸੀਂ ਐਜੂਕੇਸ਼ਨ ਜਿਹੜੀ ਉਹ ਬਾਹਰਲੇ ਮੁਲਕਾਂ ਤੋਂ ਦਵਾਉ ਤੇ ਇੱਥੇ ਲੋਕਾਂ ਨੂੰ ਤੁਸੀਂ ਸਰਕਾਰ 'ਚ ਆ ਕੇ ਕਹਿੰਦੇ ਹੋ ਸਕੂਲ ਬਹੁਤ ਵਧੀਆ ਨੇ ਕਾਲਜੇ ਬਹੁਤ ਵਧੀਆ ਨੇ ਮਤਲਬ ਇਹ ਕੋਈ ਦੋਹਰੀ ਜਿਹੜੀ ਤੁਹਾਡੀ ਰਣਨੀਤੀ ਤੇ ਦੋਹਰੀ ਦੋਹਰੀ ਜਿਹੜੀ ਤੁਹਾਡੀ ਸੋਚ ਕਿਉਂ ਚੱਲਦੀ ਹੈ ਦੂਜੀ ਚੀਜ਼ ਬੱਚੇ ਇੱਥੋਂ ਸਾਰੇ ਬਾਹਰ ਜਾ ਰਹੇ ਨੇ ਨ ਬੱਚਾ ਜਿਹੜਾ ਜਾਂਦਾ ਉਹ 10-15-20 ਲੱਖ ਰੁਪਈਆ ਬਾਹਰ ਲੈ ਕੇ ਜਾਂਦਾ ਮੈਂ ਉਹਨੂੰ ਕੋ ਮੇਜਰ ਅਮਾਉਂਟ ਨਹੀਂ ਗਿਣਦਾ ਕਿਉਂਕਿ ਤੁਹਾਡਾ ਬੱਚਾ ਇੱਥੇ ਵੀ ਪੜੇਗਾ ਤੇ ਉਹਦੇ ਉੱਤੇ 10-15 ਲੱਖ ਰੁਪਈਆ ਲੱਗ ਜਾਣਾ ਗ੍ਰੈਜੂਏਸ਼ਨ ਤੱਕ ਠੀਕ ਹੈ ਉਸ ਤੋਂ ਬਾਅਦ ਜਦੋਂ ਬੱਚਾ ਬਾਹਰ ਚਲੇ ਜਾਂਦਾ ਉੱਥੇ ਸੈੱਟ ਹੋ ਜਾਂਦਾ ਜਦੋਂ ਪੇਰੈਂਟਸ ਥੋੜੀ ਵੱਡੀ ਉਮਰ 'ਚ ਜਾਣਾ ਸ਼ੁਰੂ ਕਰਦੇ ਨੇ 50 ਤੋਂ ਉੱਤੇ ਜਾਣਾ ਸ਼ੁਰੂ ਕਰਦੇ ਨੇ ਫਿਰ ਉਹ ਆਪਣੇ ਬੱਚੇ ਨੂੰ ਪੁੱਛਦੇ ਨੇ ਵੀ ਇੱਥੇ ਕਾਰੋਬਾਰ ਕਿਹੜਾ ਆਪਾਂ ਇੱਥੇ ਸੈੱਟ ਹੋ ਜੰਨੇ ਆ ਫਿਰ ਉਹ ਸਾਰਾ ਕੁਝ ਤੋਂ ਸਮੇਟਦੇ ਨੇ ਜਿਹਦੇ ਕੋ 10 ਕਰੋੜ ਹੈ ਜਿਹਦੇ ਕੋ 20 ਕਰੋੜ ਹੈ ਜਿਹਦੇ ਕੋ 30 ਕਰੋੜ ਹੈ ਉਹ ਸਾਰੀ ਤੁਹਾਡੀ ਅਮਾਉਂਟ ਫਿਰ ਬਾਹਰ ਜਾ ਕੇ ਸੈੱਟ ਹੋ ਜਾਂਦੀ ਆ ਕਿਉਂਕਿ ਪੇਰੈਂਟਸ ਨੇ ਤੇ ਫਿਰ ਉੱਥੇ ਜਾਣਾ ਨਾ ਯਾਰ ਜਿੱਥੇ ਬੱਚੇ ਰਹਿਣਗੇ ਇੱਕ ਦਰਦ ਹੋਊਗਾ ਸੋ ਪੰਜਾਬ ਨੂੰ ਬੁਰੀ ਤਰੀਕੇ ਜਿਹੜਾ ਉਹ ਤਬਾਹ ਕੀਤਾ ਗਿਆ ਔਰ ਜਿੰਨੇ ਬੰਦੇ ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਕਿ ਡੈਪੂਟੇਸ਼ਨ ਤੇ ਆਏ ਸੀਗੇ ਤੇ ਹੁਣ ਵੀ ਮੈਨੂੰ ਸਰਕਾਰ ਲੱਗਦਾ ਮਤਲਬ ਡੈਪੂਟੇਸ਼ਨ ਤੇ ਹੈ ਨਾ ਬਾਹਰ ਵਾਲੇ ਜੇ ਦਿੱਲੀ ਵਾਲੇ ਚਲਾਉਣਗੇ ਤੇ ਉਹ ਦਰਦ ਨਹੀਂ ਸਮਝ ਸਕਦੇ ਯਾਰ ਇੱਥੋਂ ਦਾ ਮਤਲਬ ਇੱਥੋਂ ਦੀਆਂ ਮਜਬੂਰੀਆਂ ਨਹੀਂ ਸਮਝ ਸਕਦੇ ਇੱਥੋਂ ਦੀਆਂ ਲੋੜਾਂ ਨਹੀਂ ਸਮਝ ਸਕਦੇ ਸੋ ਇੰਨਾਂ ਚੀਜ਼ਾਂ ਦੇ ਉੱਤੇ ਗੌਰ ਕਰਨਾ ਚਾਹੀਦਾ ਔਰ ਮੈਂ ਮੈਂ ਕਿਹਾ ਸੀਗਾ ਸੁਖਬੀਰ ਬਾਦਲ ਵੀ ਤੈਨੂੰ ਏਡੀ ਵੱਡੀ ਜ਼ਿੰਮੇਵਾਰੀ ਮਿਲੀ ਯਾਰ ਤੇ ਤੁਹਾਨੂੰ ਲੋਕਾਂ ਨੂੰ ਚਾਹੀਦਾ ਸੀ ਬੱਚਿਆਂ ਨੂੰ ਸਿੱਖਿਆ ਫ੍ਰੀ ਦਿੰਦੇ ਐਜੂਕੇਸ਼ਨ ਮੈਂ ਪੁਰਾਣੇ ਕਿਤੋਂ ਨਾਰਮਸ ਕੱਢ ਕੇ ਪੜਦਾ ਸੀਗਾ ਚੀਫ ਖਾਲਸਾ ਤੋਂ ਉਹਨਾਂ ਨਾਲ ਜਾਂ ਹੋਰ ਕੋਈ ਜਿਹੜੀਆਂ ਜਿਹੜੀਆਂ ਇਹ ਸੁਸਾਇਟੀਜ਼ ਜਾਂ ਜਿਹੜੇ ਜਿਹੜੇ ਮਤਲਬ ਚੈਰੀਟੇਬਲ ਕਰਨ ਵਾਲੀਆਂ ਸੰਸਥਾਵਾਂ ਸੀਗੀਆਂ ਜਿਹੜੀਆਂ ਮੋਢੀ ਸੰਸਥਾਵਾਂ ਸੀਗੀਆਂ ਉਹਨਾਂ ਦੇ ਜਿਹੜੇ ਮਤਲਬ ਕਾਨੂੰਨ ਬਣੇ ਸੀਗੇ ਮੈਂਬਰ ਬਣਾਉਣ ਦੇ ਤੇ ਮੇਰਾ ਖਿਆਲ ਉਹਦੇ ਵਿੱਚ ਹੁੰਦਾ ਸੀਗਾ ਕਿ ਇਹ ਬੰਦਾ ਇਹ ਕੰਮ ਕਰ ਨਹੀਂ ਕਰਦਾ ਹੋਣਾ ਚਾਹੀਦਾ ਵੀ ਉਹ ਨਿੱਜੀ ਫਾਇਦਾ ਨਾ ਲੈ ਸਕੇ ਤੇ ਸੁਖਵੀਰ ਬਾਦਲ ਆਪ ਹੀ ਪ੍ਰਧਾਨ ਨੇ ਆਪ ਹੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਲਾਉਂਦੇ ਨੇ ਤੇ ਆਪਣੀ ਮਰਜ਼ੀ ਦੇ ਅਨਸਾਰ ਹੀ ਮਤਲਬ ਬਾਣੀ ਚਲਾਉਂਦੇ ਨੇ ਹੁਣ ਇੱਕ ਚੀਜ਼ ਮੈਨੂੰ ਦੱਸੋ ਮੇਰਾ ਛੋਟਾ ਜਿਹਾ ਸਾਰੇ ਲੀਡਰਾਂ ਨੂੰ ਸਵਾਲ ਹੈ ਕਿ ਪੰਜਾਬ ਚ ਆਪੋਜੀਸ਼ਨ ਹੈਗੀ ਹੈ ਪੰਜਾਬ ਚ ਇੰਨੇ ਮੁੱਦੇ ਨੇ ਹਰ ਸਰਕਾਰ ਚ ਕਮੀਆਂ ਹੁੰਦੀਆਂ ਕੋਈ ਵੀ ਹੋਵੇ ਤੁਸੀਂ ਵੀ ਸੰਪੂਰਨ ਨਹੀਂ ਹੋ ਸਕਦੇ ਮੈਂ ਵੀ ਨਹੀਂ ਹੋ ਸਕਦਾ ਹਰ ਸਰਕਾਰ ਚ ਕਮੀਆਂ ਹੁੰਦੀਆਂ ਕੋਈ ਆਪੋਜੀਸ਼ਨ ਸਵਾਲ ਖੜੇ ਕਰ ਰਹੀ ਕੋਈ ਮਸਲੇ ਚੁੱਕ ਰਹੀ ਹੈ ਜਿਹੜੇ ਪੰਜਾਬ ਦੇ ਬੇਸਿਕ ਇਸ਼ੂ ਨੇ ਮਤਲਬ ਤੁਹਾਡੇ ਨਾਲ ਕੋਈ ਇੰਡਸਟਰੀ ਆ ਰਹੀ ਹੈ ਨਾ ਕੁਝ ਹੋ ਰਿਹਾ ਤੁਹਾਨੂੰ ਮਤਲਬ ਸ਼ਰਮ ਨਹੀਂ ਆਈ ਯਾਰ ਸਾਰੇ ਪੋਲਿਟਿਸ਼ੀਅਨ ਨੂੰ ਸਾਨੂੰ ਤੇ ਸਾਰੇ ਪੰਜਾਬੀਆਂ ਨੂੰ ਆਈ ਕਿ ਸਾਡੇ ਪੰਜਾਬ ਦਾ ਇੰਡਸਟ੍ਰੀਲਿਸਟ ਜਾ ਕੇ ਵੱਡੇ ਇੰਡਸਟ੍ਰੀਲਿਸਟ ਜਾ ਕੇ ਯੂਪੀ ਦੇ ਵਿੱਚ ਯੋਗੀ ਨਾਲ ਮੀਟਿੰਗ ਕਰ ਰਹੇ ਨੇ ਕਿ ਸਾਨੂੰ ਇੱਥੇ ਪਨਾਹ ਚਾਹੀਦੀ ਹੈ ਇੱਥੇ ਕਾਰੋਬਾਰ ਚਾਹੀਦਾ ਤੇ ਲੱਖ ਲਾਹਣ ਤੇ ਯਾਰ ਤੁਹਾਡੇ ਉੱਤੇ ਜੇ ਉਹ ਵੀ ਲੋਕ ਚਲੇ ਗਏ ਪਿਛਲੇ 20 ਸਾਲਾਂ ਤੋਂ ਇੱਕ ਸਿੰਗਲ ਇੰਡਸਟਰੀ ਗਰਾਓ ਮੈਨੂੰ ਨਾਗਰਾ ਸਾਹਿਬ ਪੰਜਾਬ ਦੇ ਵਿੱਚ ਆਈ ਹੋਵੇ ਬਾਦਲਾਂ ਵੇਲੇ ਕੋਈ ਇੰਡਸਟਰੀ ਨਹੀਂ ਆਈ ਕਾਰਨ ਕੀ ਕਿ ਇੰਡਸਟਰੀਲਿਸਟ ਡਰਦਾ ਸੀਗਾ ਉਹ ਹਿੱਸਾ ਪਾਉਂਦੇ ਸੀਗੇ ਠੀਕ ਹੈ ਕੈਪਟਨ ਮਰਿੰਦਰ ਸਿੰਘ ਆਪਣੀ ਯਾਸ਼ੀ ਤੇ ਮਤਲਬ ਆਪਣੇ ਸਰੂਰ ਚ ਜਿਹੜਾ ਉਹ ਖੋਇਆ ਰਿਆ ਹੰਕਾਰ ਦੇ ਵਿੱਚ ਹੀ ਉਹਨੇ ਪੁੱਛਿਆ ਹੀ ਨਹੀਂ ਪੰਜਾਬ ਨੂੰ ਤੀਜੇ ਇਹ ਆ ਗਏ ਹੁਣ ਦੇਖੋ ਮਤਲਬ ਕਿਤੇ ਧਰਨਾ ਕਿਤੇ ਪ੍ਰਦਰਸ਼ਨ ਕਿਤੇ ਫਰੌਤੀ ਕੋਈ ਵੀ ਇੰਡਸਟਰੀਲਿਸਟ ਉੱਥੇ ਜਾ ਕੇ ਉਹਨਾਂ ਨੇ ਪਨਾਹ ਮੰਗੀ ਔਰ ਇਹ ਲੋਕ ਪੰਜਾਬ ਦੇ ਈਸ਼ੂ ਚੁੱਕ ਰਹੇ ਨੇ ਈਸ਼ੂ ਕਿਹੜੇ ਚੁੱਕੇ ਜਾ ਰਹੇ ਨੇ ਪੰਜਾਬ ਦੇ ਤੁਹਾਨੂੰ ਮਤਲਬ ਲੱਗਦਾ ਤੁਸੀਂ ਚੈਨਲ ਚਲਾਉਂਦੇ ਹੋ ਮੈਂ ਸਾਰ ਪ੍ਰਤਾਪ ਸਿੰਘ ਬਾਜਵਾ ਨੂੰ ਸੁਣਦਾ ਸੀਗਾ ਮਤਲਬ ਏ ਸ਼ੂ ਨੇ ਪੰਜਾਬ ਦੇ ਭਗਵੰਤਮਾਨ ਨੇ ਵਿਆਹ ਕਰਾ ਲਿਆ ਉਹ ਜੈਸਲਮੇਰ ਤੁਰਿਆ ਫਿਰਦਾ ਉਹ ਜੈਪੁਰ ਤੁਰਿਆ ਫਿਰਦਾ ਲਖ ਲਾਣ ਤੇ ਯਾਰੋ ਦਾ ਜੇ ਵਿਆਹ ਹੋਇਆ ਮੈਂ ਨਾ ਭਗਵੰਤਮਾਨ ਦੀ ਉਮਰ 50 ਸਾਲ ਹੋ ਸਕਦੀ ਹੈ ਯਾਰ ਜਿੰਨੇ ਉਹਦੇ ਨਾਲ ਵਿਆਹ ਕਰਾਇਆ ਉਹਦੀ 30 ਹੋਏਗੀ ਜਾਂ ਘੱਟ ਹੋਏਗੀ ਉਹ ਜਨਾਨੀ ਦਾ ਤੇ ਪਹਿਲਾ ਵਿਆਹ ਹੈ ਨਾ ਉਸ ਲੜਕੀ ਦਾ ਉਸਦੀ ਭੈਣ ਦਾ ਮਤਲਬ ਉਹਦੇ ਤੇ ਮਨ ਦੇ ਵਿੱਚ ਚਾਹ ਹੋਣਗੇ ਉਹ ਆਪਨੇ ਵਿਆਹ ਕਰਾ ਕੇ ਤੁਰਿਆ ਫਿਰਦਾ ਤਾਂ ਡੇਲੇ ਤੇ ਬਿਨਾ ਵਿਆਹ ਤੋਂ ਲਈ ਫਿਰਦੇ ਹੁੰਦੇ ਸੀਗੇ ਯਾਰ ਉਹਨਾਂ ਨੂੰ ਤੇ ਤੁਸੀਂ ਕਦੀ ਸਵਾਲ ਨਹੀਂ ਕੀਤਾ ਮਤਲਬ ਜੇ ਉਹ ਤੁਰਿਆ ਫਿਰਦਾ ਏ ਸ਼ੂ ਨੇ ਪੰਜਾਬ ਦੇ ਔਰ ਸੁਖਬੀਰ ਬਾਦਲ ਇੱਕ ਮੈਂ ਪ੍ਰਤਾਪ ਦੀ ਟੇਪ ਸੁਣਦਾ ਸੀਗਾ ਉਹ ਕਹਿ ਰਿਹਾ ਕਿ ਭਗਵੰਤ ਉੱਥੇ ਤੁਰਿਆ ਫਿਰਦਾ ਹਾਂ ਯਾਰ ਇਹਨੇ ਇੱਕ ਚੀਜ਼ ਖੱਟੀ ਆ ਮੁੱਖ ਮੰਤਰੀ ਬਣ ਕੇ ਵੀ ਇਹਨੇ ਮਤਲਬ ਵਿਆਹ ਕਰ ਹੋ ਗਿਆ ਦਾ ਮਤਲਬ ਹਣਾ ਮਤਲਬ ਯਾਰ ਤੇਰੀਆਂ ਵੀ ਦੋ ਬੱਚੀਆਂ ਨੇ ਤੇਰੀ ਵਾਈਫ ਤੇ ਨੰਨੀ ਛਾਂ ਚਲਾਉਂਦੀ ਸੀਗੀ ਯਾਰ ਮਤਲਬ ਤੁਹਾਨੂੰ ਬੱਚੀ ਦੀ ਭਗਵੰਤ ਮਾਨ ਦੀ ਇੱਜ਼ਤ ਨਾ ਕਰੋ ਉਹਨੂੰ ਲੱਖ ਰੋਲੋ ਯਾਰ ਉਹ ਨਹੀਂ ਗਲਤ ਕਰਦਾ ਆਪਾਂ ਵੀ ਬੋਲਦੇ ਆ ਤੁਸੀਂ ਉਹਦੀ ਲੱਖ ਮਤਲਬ ਇੱਜ਼ਤ ਰੋਲੋ ਮਿੱਟੀ ਰੋਲੋ ਸ ਬੱਚੀ ਦਾ ਤੇ ਤੁਸੀਂ ਖਿਆਲ ਰੱਖੋ ਨਾ ਯਾਰ ਜਿਹੜੀ ਉਹਦੇ ਨਾਲ ਵਿਆਹ ਹੀ ਇਹੋ ਜੇ ਸਵਾਲ ਇਹ ਪੰਜਾਬ ਦੇ ਈਸ਼ੂ ਰਹੇਗੇ ਨੇ ਹਰ ਸਿਮਰਤ ਸੰਸਦ ਦੇ ਵਿੱਚ ਕੀ ਮਤਲਬ ਇਸ਼ੂ ਚੁੱਕਦੇ ਨੇ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਆ ਨਾਲ ਦੀ ਸੀਟ ਤੇ ਉਹ ਬੈਠੇ ਹੁੰਦੇ ਸੀ ਜੀ ਭਗਵੰਤ ਮਾਨ ਸ਼ਰਾਬ ਦੀ ਬੋ ਆਉਂਦੀ ਸੀ ਇਹ ਪੰਜਾਬ ਦਾ ਇਸ਼ੂ ਹੈ ਜੇ ਤੁਹਾਨੂੰ ਮਿਲ ਗਿਆ ਤੇ ਉੱਥੇ ਜੇ ਬਹੁਤ ਘੱਟ ਟਾਈਮ ਮਿਲਦਾ ਤੇ ਤੁਸੀਂ ਠੋਕ ਇਸ਼ੂ ਤੇ ਚੁੱਕੋ ਨਾ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਇੰਡਸਟਰੀ ਦਾ ਧਿਆਨ ਰੱਖੋ ਪੰਜਾਬ ਦੇ ਹੋਰ ਮੁੱਦੇ ਚੁੱਕੋ ਕੋਈ ਕੁਝ ਨਹੀਂ ਕਰ ਰਿਹਾ ਆ ਰਾਜਾ ਵੜਿੰਗ ਇੱਕ ਦਿਨ ਰਾਜੇ ਵੜਿੰਗ ਦੀ ਸਟੇਟਮੈਂਟ ਆਈ ਹੈ ਸਾਰੇ ਉਹ ਪੋਸਟਰ ਤੁਸੀਂ ਵੀ ਮੇਰੇ ਖਲ ਚਲਾਇਆ ਕਿ ਜਿਹੜਾ ਉਹ ਬਾਹਰ ਬੈਠਾ ਪੰਨੂ ਦੇ ਗੱਲ 'ਚ ਹਾਰ ਪਾਊਗਾ ਛੇਤਰਾਂ ਦਾ ਉਹਨੂੰ ਮੈਂ ਲੱਖ ਰੁਪਈਆ ਜਿਹੜਾ ਲੱਖ ਡਾਲਰ ਦਵਾਂਗਾ ਕਿਉਂ ਯਾਰ ਕਿਸੇ ਨੇ ਪਾਉਣਾ ਤੇਰਾ ਵੀਜ਼ਾ ਲੱਗਾ ਹੋਣਾ ਤੂੰ ਚੱਲ ਜਾ ਉੱਥੇ ਤੈਨੂੰ ਲੱਖ ਅਸੀਂ ਇਕੱਠਾ ਕਰਕੇ ਦੇ ਦਾਂਗੇ ਲੋਕਾਂ ਦੇ ਪੁੱਤ ਤੁਸੀਂ ਕਿਉਂ ਮਰਵਾਉਂਦੇ ਇਹ ਪੰਜਾਬ ਦੇ ਈਸ਼ੂ ਨੇ ਨਾ ਉਹ ਫੜਿਆ ਜਾਵੇ ਨਾ ਉਹਦੇ ਗੱਲ 'ਚ ਹਾਰ ਪਵੇ ਪੰਜਾਬ ਦੇ ਬੇਸਿਕ ਈਸ਼ੂ ਚੁੱਕੋ ਕੱਲ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ ਕੱਲ ਉਹਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਰਿਹਾ ਕਿ ਤੁਹਾਡੇ ਉੱਤੇ ਬੱਸਾਂ ਦਾ ਮਤਲਬ ਐਲੀਗੇਸ਼ਨ ਲੱਗਾ ਤੁਸੀਂ ਬੱਸਾਂ ਦੇ ਵਿੱਚ ਕਪਨਾ ਕੀਤਾ ਤੇ ਉਹ ਅੱਗੋਂ ਉਹਨੂੰ ਕਹਿ ਰਿਹਾ ਕਰਤੇ ਵੀ ਅਲੀਗੇਸ਼ਨ ਲੱਗਾ ਹੋਣਾ ਤੇ ਤੁਹਾਡਾ ਚੈਨਲ ਪੈਸੇ ਲੈਂਦਾ ਮਤਲਬ ਯਾਰ ਤੂੰ ਅੱਗੇ ਲੈ ਕੇ ਨੂੰ ਜਵਾਬ ਤੇ ਦੇ ਉਹਨੂੰ ਪੁੱਛ ਰਿਹਾ ਕੌਣ ਕਹਿੰਦਾ ਲੈ ਅੱਜ ਤੈਨੂੰ ਮੈਂ ਕਹਿੰਦਾ ਰਾਜਾ ਵੜਿੰਗ ਮੈਂ ਕਹਿੰਦਾ ਇੱਕ ਦਿਨ ਜਾਖੜ ਦੀ ਮਤਲਬ ਸੁਨੀਲ ਜਾਖੜ ਹੋਣਾ ਦੀ ਸਟੇਟਮੈਂਟ ਸੀ ਕਿ ਚੰਨੀ ਨੂੰ ਤੇ ਘੇਰਾ ਪਾ ਲਿਆ ਇਹਦੀਆਂ ਬੱਸਾਂ ਕੋ ਛੱਡਨ ਦੇ ਜੀ ਇਹਦੇal ਵੀ ਤੇ ਧਿਆਨ ਦਿਓ ਨਾ ਮਤਲਬ ਜੇ ਤੁਹਾਡੇ ਤੇ ਕੋਈ ਅਲੀਗੇਸ਼ਨ ਲੱਗਦਾ ਹੈ ਤੁਹਾਡੇ ਤੇ ਕੋਈ ਦੋਸ਼ ਲੱਗਦਾ ਤੂੰ ਤੇ ਜਵਾਬ ਤੇ ਦੋ ਨਾ ਇਹ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਪੰਜਾਬ ਨੂੰ ਨਾ ਨਾ ਉਜਾਓ ਯਾਰ ਪੰਜਾਬ ਤੇ ਤਬਾਹ ਹੋ ਗਿਆ ਪੰਜਾਬ ਦੇ ਪੱਲੇ ਹੀ ਕੁਝ ਨਹੀਂ ਹੈਗਾ ਪੰਜਾਬ ਦੀ ਇੰਡਸਟਰੀ ਇੱਥੋਂ ਜਾ ਰਹੀ ਹੈ ਸਾਰਾ ਕੁਝ ਇੱਥੋਂ ਜਾ ਰਿਹਾ ਬੱਚੇ ਬਾਹਰ ਜਾ ਰਹੇ ਆ ਮਾਪੇ ਬਾਹਰ ਜਾ ਰਹੇ ਆ ਸਨ 2000 ਤੱਕ ਨਾਗਰਾ ਸਾਹਿਬ ਪੰਜਾਬ ਦੀ ਜਿਹੜੀ ਪਰ ਕੈਪੀਟਾ ਇਨਕਮ ਸੀਗੀ ਉਹ ਸਭ ਤੋਂ ਉੱਪਰ ਸੀਗੀ ਸਿਰਫ ਦਿੱਲੀ ਤੇ ਚੰਡੀਗੜ੍ਹ ਨੂੰ ਛੱਡ ਕੇ ਇਕੱਲਾ ਆਪਾਂ ਅਤਵਾਦ ਨੂੰ ਬਲੇਮ ਨਾ ਕਰੀ ਜਾਈਏ ਮੰਨ ਲਓ 2000 ਦੇ ਵਿੱਚ ਸਭ ਤੋਂ ਉੱਪਰ ਇਨਕਮ ਸੀਗੀ ਤੇ ਅੱਜ ਮੇਰਾ ਖਾਲਸਾ ਹੀ ਸਭ ਤੋਂ ਥੱਲੇ ਜਾ ਰਿਹਾ ਓਡੀਸ਼ਾ ਤੋਂ ਵੀ ਥੱਲੇ ਆ ਗਏ ਯਾਰ ਮਤਲਬ ਇੰਨਾਂ ਚੀਜ਼ਾਂ ਦੇ ਉੱਤੇ ਤੇ ਤੁਸੀਂ ਧਿਆਨ ਨਹੀਂ ਦਿੰਦੇ ਪੰਜਾਬ ਚੱਲਣਾ ਕਿਦਾਂ ਹੈ ਪੰਜਾਬ ਦੇ ਮੁੱਦੇ ਕਿਦਾਂ ਹੱਲ ਹੋ ਰਹੇ ਨੇ ਬੇਸਿਕ ਇਸ਼ੂ ਨੇ ਪੰਜਾਬ ਦੇ ਉਹਨਾਂ ਦੇ ਉੱਤੇ ਤੋਂ ਤੁਸੀਂ ਧਿਆਨ ਨਹੀਂ ਦੇ ਰਹੇ ਬਸ ਇੱਕ ਦੂਜੇ ਨੂੰ ਇਸ ਤਰ੍ਹਾਂ ਗਰਮ ਸਟੇਟਮੈਂਟ ਦੇ ਕੇ ਉਝਾਉਂਦੇ ਫਿਰਦੇ ਹੋ ਆਹ ਕਰ ਦਿਓ ਆਹ ਕਰ ਦਿਓ ਵਪਾਰੀ ਤੁਹਾਡੇ ਕੋਲ ਮਤਲਬ ਟਿਕਨ ਨੂੰ ਤਿਆਰ ਨਹੀਂ ਕੋਈ ਦੂਜੀ ਚੀਜ਼ ਦੇਖੋ ਸਾਡਾ ਸਵਾਰ ਕੌਣ ਸਕਦਾ ਹੈ ਪੰਜਾਬ ਦਾ ਨੰਬਰ 1 ਤੇ ਸਾਡੀ ਸਟੇਟ ਗਵਰਨਮੈਂਟ ਨੰਬਰ 2 ਸਾਡਾ ਸਵਾਰ ਸਕਦੀ ਹੈ ਸੈਂਟਰ ਗਵਰਨਮੈਂਟ ਮੇਰੀ ਗੱਲ ਤੋਂ ਹੁਣ ਗੁੱਸਾ ਨਾ ਕਰੋ ਸਰੋਤੇ ਉਹਦੇ ਚ ਸਿੱਖ ਵੀ ਹੋਣਗੇ ਉਹ ਚ ਹਿੰਦੂ ਵੀ ਹੋਣਗੇ ਸਾਨੂੰ ਖੁਸ਼ ਕਿਸ ਤਰੀਕੇ ਕੀਤਾ ਜਾ ਰਿਹਾ ਸਾਬਜਾਦਿਆਂ ਦਾ ਆਇਆ ਦਿਹਾੜਾ ਉਹਦੇ ਉੱਤੇ ਛੁੱਟੀ ਗੁਰੂ ਗੋਬਿੰਦ ਸਿੰਘ ਦਾ ਮਤਲਬ ਜਨਮ ਦਿਹਾੜਾ ਉਹਦੇ ਤੇ ਛੁੱਟੀ ਗੁਰੂ ਨਾਨਕ ਦੇਵ ਜੀ ਦਾ ਅਸੀਂ ਨਾਲ ਹੀ ਥੱਲੇ ਬੁੱਲੇ ਸੋਨੇ ਹਾਲ ਮਤਲਬ ਛੁੱਟੀਆਂ ਨਾਲ ਖੁਸ਼ ਹੋਣਾ ਯਾਰ ਅਸੀਂ ਲੋਕਾਂ ਨੇ ਪੰਜਾਬ ਅੱਜ ਪੰਜਾਬ ਦੇ ਹਾਲਾਤ ਕੀ ਬਣ ਗਏ ਨੇ ਕਿ ਵਪਾਰੀ ਸਾਰੇ ਉੱਠ ਕੇ ਪੁੱਛਦਾ ਮੇਰਾ ਤੇ ਮੈਂ ਨਹੀਂ ਕਹਿੰਦਾ ਕਿ ਮੇਰਾ ਬਹੁਤ ਜ਼ਿਆਦਾ ਵਾਅ ਹੋਊਗਾ ਬੈਂਕਾਂ ਨਾਲ ਕਿ ਅੱਜ ਬੈਂਕ ਖੁੱਲਾ ਹੋਣਾ ਯਾਰ ਮਤਲਬ ਕਿਸ ਤਰੀਕੇ ਕਦੀ ਹੜਤਾਲ ਹੈ ਸਾਡੀ ਸਾਡੀ ਜਿਹੜੀ ਗੁੱਡ ਮਾਰਨਿੰਗ ਦੀ ਫਲਸਫੀ ਹੈ ਉਹ ਇਹ ਕਹਿੰਦੇ ਨੇ ਕਿ ਕਿਰਤ ਕਰੋ ਤੇ ਅਸੀਂ ਉਹਨਾਂ ਦੇ ਪ੍ਰਕਾਸ਼ਪੁਰ ਕਿਥੋਂ ਕਿ ਮੈਂ ਉਹੀ ਕਹਿ ਰਿਹਾ ਨਾ ਮੈਂ ਨਾ ਛੁੱਟੀਆਂ ਕਰੋ ਕਿ ਮੇਜਰ ਮੈਂ ਅੱਜ ਤੁਹਾਨੂੰ ਦੇਖੋ ਮੈਂ ਹਰ ਥਾਂ ਦੇ ਉੱਤੇ ਬੋਲਦਾ ਆ ਇਹ ਗੱਲ ਮੈਂ ਲੋਕਾਂ ਦੇ ਖਾਣੇ 'ਚ ਪਾਉਣਾ ਚਾਹੁੰਦਾ ਕਿ ਛੁੱਟੀਆਂ ਨਾ ਖੁਸ਼ ਨਾ ਨਾ ਹੋ ਯਾਰ ਮਤਲਬ ਜੇ ਬੱਚਿਆਂ ਦੀ ਪੜ੍ਹਾਈ ਹੈ ਤੇ ਸਰਕਾਰੀ ਦਫ਼ਤਰ ਹੈ ਸ਼ਨੀ ਐਤਵਾਰ ਬੰਦ ਹੁੰਦੇ ਆ ਜੀ 52 52 ਤੁਹਾਡੇ ਸ਼ਨੀ ਤੇ ਐਤਵਾਰ ਆ ਜਾਂਦੇ 104 ਦਿਨ ਹੋ ਜਾਂਦੇ ਨੇ 10 15 ਸਾਡੀਆਂ ਕੈਲੰਡਰ ਤੇ ਛੁੱਟੀਆਂ ਹੁੰਦੀਆਂ ਨੇ ਜਦ ਠੀਕ ਹੈ 10 15 ਬੱਚਾ ਜਾਂ ਬੰਦਾ ਜਿਹੜਾ ਜੌਬ ਕਰਦਾ ਉਹ ਆਪਣੀ ਕਰ ਲਿੰਦਾ ਕੋਈ ਬਿਮਾਰ ਹੋ ਗਿਆ ਕਿਸੇ ਨੂੰ ਵਿਆਹ ਪੈ ਗਿਆ ਮਹੀਨੇ-ਮਹੀਨੇ ਦੀਆਂ ਛੁੱਟੀਆਂ ਬੱਚਿਆਂ ਨੂੰ ਜੂਨ ਚ ਹੋ ਜਾਂਦੀਆਂ ਨੇ ਮਤਲਬ ਦਸੰਬਰ ਚ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਆ ਪਤਾ ਨਹੀਂ ਕਦੋਂ ਬੰਦ ਕਿਹਦਾ ਦਿਲ ਕਰਦਾ ਉਹਨੇ ਸੜਕ ਬੰਦ ਕਰ ਦੇਣੀ ਕਿਹਦਾ ਦਿਲ ਕਰਦਾ ਇੱਥੇ ਮਤਲਬ ਕੋ ਮਾਹੌਲ ਖਰਾਬ ਹੋ ਜਾਣਾ ਕਿਸ ਤਰ੍ਹਾਂ ਪੰਜਾਬ ਸਰਵਾਈਵ ਕਰੂਗਾ ਉੱਪਰ ਵਾਲੇ ਵੀ ਜਿਹੜੇ ਸਾਨੂੰ ਖੁਸ਼ ਕਰ ਰਹੇ ਹੋ ਪਤਾ ਕਿਸ ਤਰੀਕੇ ਧਰਮ ਚਲ ਜਾ ਕੇ ਲਾਲ ਕਿਲੇ ਦੇ ਉੱਤੇ ਕੀਰਤਨ ਦਰਬਾਰ ਕਰ ਲੋ ਸਾਬਜਾਦਿਆਂ ਦੀ ਛੁੱਟੀ ਯੋਗੀ ਜੀ ਮੇਰੇ ਖਿਆਲ ਉੱਥੇ ਵਿਰਾਸਤ ਖਾਲਸਾ ਬਣਾਉਣ ਲੱਗੇ ਨੇ ਬਹੁਤ ਵਧੀਆ ਮੈਂ ਨਹੀਂ ਕਹਿੰਦਾ ਮਤਲਬ ਬਹੁਤ ਵਧੀਆ ਅਪਰਾਲਾ ਪਰ ਇਹਨਾਂ ਚੀਜ਼ਾਂ ਚ ਨਾ ਰੋਜਾਓ ਯਾਰ ਕੰਮ ਤੁਸੀਂ ਪੰਜਾਬ ਨੂੰ ਦੇ ਨਹੀਂ ਰਹੇ ਸਾਡਾ ਬਾਰਡਰ ਖੁੱਲਣ ਵਾਲਾ ਇਹਨੂੰ ਤੇ ਕੋਈ ਖੋਲਦਾ ਨਹੀਂ ਯਾਰ ਤੁਸੀਂ ਉਹ ਵਪਾਰ ਕਰਦੇ ਹੋ ਦੁਬਈ ਤੋਂ ਲੈ ਕੇ ਤੇ ਉਧਰੋਂ ਗੁਜਰਾਤ ਤੋਂ اڈਾਨੀ ਕੋਲ ਜਿਹੜੇ ਪੋਰਟ ਨੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਮੈਂ ਬੜਾ ਮਤਲਬ ਅਦਨਾ ਜਿਹਾ ਇੱਕ ਸਿਟੀਜ਼ਨ ਆ ਕਿ ਸਾਡਾ ਬਾਰਡਰ ਖੋਲੋ ਨਾ ਯਾਰ ਇੱਥੇ ਸਕੈਨਰ ਲਾ ਕੇ ਇੱਕ ਸੂਈ ਤੱਕ ਨਹੀਂ ਲੰਘ ਸਕਦੀ ਸਾਡੇ ਬਾਰਡਰ ਤੇ ਕੀ ਹੁੰਦਾ ਕਿ ਜਿਹੜੀ ਚੀਜ਼ ਨਹੀਂ ਆਉਣੀ ਚਾਹੀਦੀ ਉਹ ਆਈ ਜਾ ਰਹੀਆਂ ਨੇ ਤੁਸੀਂ ਅੱਜ ਸਟੋਰੀਆਂ ਕੀਤੀਆਂ ਨੇ ਨਾ ਤੇ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਸਾਡੇ ਤੁਸੀਂ ਆਉਣ ਨਹੀਂ ਦੇ ਰਹੇ ਮੈਂ ਕਿੰਨਾ ਤੁਸੀਂ ਇਹ ਸਾਡਾ ਪੋਰਟ ਅਡਾਨੀ ਨੂੰ ਦੇ ਦਿਓ ਨੋ ਪ੍ਰੋਬਲਮ ਅਸੀਂ ਨਹੀਂ ਤੁਹਾਡੇ ਉੱਤੇ ਮਤਲਬ ਕਿੰਤੂ ਪਰੰਤੂ ਕਰਦੇ ਤੁਸੀਂ ਇਹ ਬਾਨੀ ਨੂੰ ਦੇ ਦਿਓ ਜਿੰਨੂੰ ਮਰਜ਼ੀ ਦੇ ਦੇ ਉਹਨੂੰ ਚਲਾਓ ਤੇ ਸਹੀ ਨਾ ਯਾਰ ਕਾਰੋਬਾਰ ਤੁਸੀਂ ਕੋ ਪੰਜਾਬ ਨੂੰ ਦੇ ਰਹੇ ਨਹੀਂ ਰਹੇ ਸਿਰਫ ਧਰਮ ਦੇ ਵਿੱਚ ਉਲਝਾ ਕੇ ਔਰ ਮੈਂ ਤੁਹਾਨੂੰ ਸ਼ਾਇਦ ਯਾਦ ਹੋਊਗਾ ਅੱਜ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਮੈਂ ਇੱਕ ਇੰਟਰਵਿਊ 'ਚ ਕਿਹਾ ਸੀ ਜਦੋਂ ਇਹਨਾਂ ਇੱਕੋ ਜਾਰੀ ਕੀਤਾ ਸੀ ਕਿ 2024 ਤੱਕ ਰਾਮ ਮੰਦਰ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤੇ ਮੈਂ ਇੱਕ ਸਵਾਲ ਕੀਤਾ ਸੀਗਾ ਇਹ 2025 ਚ ਕਿਉਂ ਨਹੀਂ ਇਹ 2023 ਚ ਕਿਉਂ ਨਹੀਂ ਕਿਉਂਕਿ ਇਲੈਕਸ਼ਨ ਹੈ ਔਰ ਅੱਜ ਉਹਨਾਂ ਦਾ ਆ ਗਿਆ ਕਿ ਅਸੀਂ ਜਨਵਰੀ 2024 ਤੱਕ ਕਰਦੇ ਹਾਂ ਕਿਉਂਕਿ ਮਾਰਚ-ਅਪ੍ਰੈਲ ਚ ਇਲੈਕਸ਼ਨ ਆ ਜੂਗੀ ਉੱਥੇ ਤੁਸੀਂ ਮਤਲਬ ਦੇਸ਼ ਚ ਰਾਮ ਮੰਦਰ ਦੇ ਨਾਂ ਤੇ ਇਲੈਕਸ਼ਨ ਜਿੱਤੋਗੇ ਪੰਜਾਬ ਚ ਤੁਸੀਂ ਆ ਜਿਹੜੇ ਸਾਡੇ ਮਤਲਬ ਸਾਨੂੰ ਧਰਮ ਚੁਲਝਾ ਰਹੇ ਹੋ ਇਹਦੇ ਬੇਸ ਦੇ ਉੱਤੇ ਇਲੈਕਸ਼ਨ ਜਿੱਤੋਗੇ ਲਾ ਐਂਡ ਆਰਡਰ ਤੁਹਾਡੇ ਕੋਲ ਠੀਕ ਨਹੀਂ ਆ ਕੱਲ ਵੀ ਦਰਬਾਰ ਸਾਹਿਬ ਲੱਗੇ ਕਿਸੇ ਨੇ ਇੱਕ ਦੂਜੇ ਦੇ ਮਤਲਬ ਗੁੱਟ ਵੜ ਦਿੱਤੇ ਜਦੋਂ ਕੋਈ ਟੂਰਿਸਟ ਆਉਂਦਾ ਨਾ ਨਾਗਰਾ ਸਾਹਿਬ ਪੁੱਛਦਾ ਹੈ ਕਿ ਯਾਰ ਉੱਥੇ ਮਾ ਆਪਾਂ Shimla ਚਲ ਗਏ ਆਪਾਂ Mussoorie ਚਲ ਗਏ ਅਸੀਂ ਲੋਕ Kasoori ਚਲ ਗਏ ਤੁਸੀਂ ਮੈਂ ਕ੍ਰਿਸਚੀਅਨ ਤਾਂ ਨਹੀਂ ਨਾ ਹੈਗੇ ਅਸੀਂ ਚਰਚ ਦੇ ਵਿੱਚ ਚਲੇ ਜਾਂਦੇ ਹਾਂ ਤੁਸੀਂ ਉੱਥੇ ਉਸ માનਤਾ ਨਾਲ ਨਹੀਂ ਜਾ ਸਕਦੇ ਜਿਹੜੀ માનਤਾ ਨਾਲ ਉੱਥੇ ਜਿਹੜਾ ਉਹ ਕ੍ਰਿਸਚੀਅਨ ਜਾ ਰਿਹਾ ਅਸੀਂ ਤੇ ਮਤਲਬ ਕਈ ਲੋਕ ਤੇ ਟੂਰਿਸਟ ਹੀ ਜਾਂਦੇ ਆ ਨਾ ਉਹਦੇ ਕੋਲੋ ਗਲਤੀ ਵੀ ਹੋ ਸਕਦੀ ਤੇ ਦਾ ਮਤਲਬ ਇਹ ਥੋੜੀ ਉਹਨੂੰ ਕੋਟ-ਕੁਟ ਕੇ ਮਾਰ ਦਿੱਤਾ ਜਾਵੇ ਜਾਂ ਉਹਨੂੰ ਮਤਲਬ ਸਭ ਕੁਝ ਸਿਖਾਇਆ ਜਾਵੇ ਤੁਸੀਂ ਇਸ ਚੀਜ਼ ਨੂੰ ਸਮਝੋ ਯਾਰ ਇੱਕ ਆਪਣੇ ਧਰਮ ਦੇ ਪ੍ਰਸਾਰ ਲਈ ਕੱਲ ਉੱਥੇ ਮਤਲਬ ਗੁੱਟ ਵਢਿਆ ਗਿਆ ਤੇ ਮੈਂ ਤੇ ਅੱਜ हां सदा ਸੀਗਾ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕਿ ਗੋਲਡਨ ਟੈਂਪਲ ਦੇ ਆਲੇ ਦੁਆਲੇ 2 2 ਕਿਲੋਮੀਟਰ ਰੇਡੀਅਸ ਦੇ ਵਿੱਚ ਤੁਸੀਂ ਲਿਖ ਕੇ ਹੀ ਲਾ ਦਿਓ ਕਿ ਸਾਡੀ ਜੂਰੀ ਡਿਕਸ਼ਨ ਨਹੀਂ ਹੈਗੀ ਯਾਰ ਜੋ ਮਰਜੀ ਇੱਥੇ ਕਰੀ ਜਾਓ ਤੇ ਜਿੰਨੂੰ ਮਰਜੀ ਵੜ ਦਿਓ ਜਿੰਨੂੰ ਮਰਜੀ ਮਾਰ ਦਿਓ ਇਸ ਤਰੀਕੇ ਯਾਰ ਮਤਲਬ ਤੁਹਾਡਾ ਜਿਹੜਾ ਸੂਬਾ ਵਿਕਸਿਤ ਹੋਊਗਾ ਇਸ ਤਰੀਕੇ ਲੋਕਾਂ ਨੂੰ ਕਾਰੋਬਾਰ ਮਿਲੂਗਾ ਕੰਟਰੋਲ ਤੁਹਾਡੇ ਕੋਲੋਂ ਕੁਝ ਹੋ ਨਹੀਂ ਰਿਹਾ ਮਤਲਬ ਸਾਡੀ ਕੌਮ ਦੀ ਦੇਖੋ ਤਰਸਦੀ ਐ ਸਾਰੇ ਪੰਜਾਬੀਆਂ ਦੀ 15 ਦਿਨਾਂ ਦੇ ਵਿੱਚ ਹੀ ਬੰਦਾ ਆਉਂਦਾ ਹੈ ਅਮਰੋ ਸ਼ੱਕਦਾ ਉਹ ਆਪਣੇ ਆਪ 'ਚ ਤੁਹਾਡਾ ਲੀਡਰ ਬਣ ਜਾਂਦਾ ਹੈ ਮਗਰ ਬੋਲੇ ਸੋਨੇ ਹਾਲ ਬੋਲੇ ਸੋਨੇ ਇੰਨੇ ਵਿਲੇ ਆ ਯਾਰ ਤੁਸੀਂ ਕਿਸੇ ਨੂੰ ਦੇਖੋ ਤੇ ਸਹੀ ਨਾ ਮਤਲਬ ਕਰਦਾ ਕੀ ਹੈ ਜਿਹੜਾ ਮਰਜੀ ਜਿਹਦਾ ਮਰਜੀ ਜਿੱਥੇ ਗੁੱਟ ਲਾ ਰਿਹਾ ਇਹ ਤੁਹਾਡਾ ਬਹੁਤ ਵੱਡਾ ਜਿਹੜਾ ਉਹ ਮਤਲਬ ਨੁਕਸਾਨ ਹੋ ਰਿਹਾ ਤਿੰਨ ਚਾਰ ਚੀਜ਼ਾਂ ਦੇ ਉੱਤੇ ਪ੍ਰੋਬਲਮ ਹੋ ਰਹੀ ਹੈ ਨਸ਼ਿਆਂ ਦੇ ਉੱਤੇ ਤੁਸੀਂ ਅੱਜ ਸਟੋਰੀਜ਼ ਕੀਤੀਆਂ ਮੈਂ ਤੁਹਾਨੂੰ ਵੀ ਆਉਂਦਿਆਂ ਇੱਕ ਗੱਲ ਕਹੀ ਕਿ ਜਿੰਨੀਆਂ ਮਰਜੀ ਸਟੋਰੀਜ਼ ਕਰ ਲਓ ਜਿੰਨਾ ਮਰਜੀ ਪੁਲਿਸ ਨਸ਼ਾ ਫੜ ਲਵੇ ਜਿੰਨਾ ਚਿਰ ਬੱਚਿਆਂ ਨੂੰ ਕਾਰੋਬਾਰ ਨਹੀਂ ਮਿਲਦਾ ਉਹ ਨਸ਼ੇ ਤੋਂ ਬਾਹਰ ਨਹੀਂ ਜੀਦਾ ਸਕਦਾ ਬੱਚਿਆਂ ਨੂੰ ਆਰੇ ਲੱਗਣ ਲਈ ਕੋ ਕੰਮਕਾਰ ਲਈ ਵਿਹਲਾ ਬੰਦਾ ਉਹਦਾ ਧਿਆਨ ਦੂਜੇ ਪਾਸੇ ਜਾਂਦਾ ਦਰਬਾਰ ਸਾਹਿਬ ਕੋਲ ਇੱਕ ਪ੍ਰੋਬਲਮ ਆਈ ਪ੍ਰੋਸਟੀਚੂਸ਼ਨ ਦੀ ਉੱਥੇ 10 15 ਜਿਹੜੇ ਉਹ ਬ੍ਰੋਕਰ ਸੀਗੇ ਉਹ ਵੀ ਫੜ ਲਏ ਔਰ ਬਹੁਤ ਜ਼ਿਆਦਾ ਮੈਂ ਨਹੀਂ ਕਹਿੰਦਾ ਕਿ ਧਾਰਮਿਕ ਸਥਾਨ ਦੇ ਲਾਗੇ ਕੋਈ ਹਣੀਆਂ ਚੀਜ਼ਾਂ ਮਤਲਬ ਹੋਣੀਆਂ ਚਾਹੀਦੀਆਂ ਨੇ ਪਰ ਮੈਂ ਇੱਕ ਚੀਜ਼ ਵੀ ਇਹ ਵੀ ਕਹਿੰਦਾ ਕਿ ਕਾਰੋਬਾਰ ਲੋਕਾਂ ਕੋਲ ਨਹੀਂ ਹੈਗਾ ਮੈਂ ਹੁਣ ਤੁਸੀਂ ਇਸ ਗੱਲ ਨੂੰ ਲੋਕ ਗਲਤ ਨਾ ਜੋੜਨ ਸਾਡੇ ਮੇਰੀਆਂ ਯਾਰ ਸਾਰੀਆਂ ਧੀਆ ਪੈਣਾ ਹੋਣਗੀਆਂ ਮਤਲਬ ਮੈਨੂੰ ਮੈਨੂੰ ਕਿਸੇ ਨੂੰ ਵੀ ਕੋਈ ਕਹਿਣ ਚ ਗਰੇਜ਼ ਨਹੀਂ ਮੈਂ ਇੱਕ ਚੀਜ਼ ਨੂੰ ਅੱਜ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੀ ਸੀ ਕਿ ਇੱਕ ਚੀਜ਼ ਉੱਤੇ ਵਿਚਾਰ ਜ਼ਰੂਰ ਕਰੋ ਲੋਕਾਂ ਨੂੰ ਇੱਜ਼ਤ ਮਾਨ ਵਾਲੇ ਕੰਮ ਦਿਓ ਯਾਰ ਤੁਸੀਂ ਮਤਲਬ ਲੋਕਾਂ ਕੋਲ ਕੰਮ ਕਰ ਰਹੇ ਨਹੀਂ ਪ੍ਰੋਸਟੀਚੂਸ਼ਨ ਜਿਹਨੂੰ ਆਪਾਂ ਵੇਸਵਾਪੁਣਾ ਕਹਿ ਦਿੰਦੇ ਆ ਔਰ ਜਿਹੜਾ ਉਹਨਾਂ ਦੀ ਬ੍ਰੋਕਰ ਦਲਾਲੀ ਕਰਦਾ ਇਹ ਦੁਨੀਆ ਦੇ ਖੀਰਲੇ ਕੰਮ ਨੇ ਕਿ ਜਦੋਂ ਕਿਸੇ ਦਾ ਕੁਝ ਨਹੀਂ ਚੱਲਦਾ ਤੇ ਮਤਲਬ ਕੋਈ ਵੀ ਜਨਾਨੀ ਆਪਣਾ ਜਿਸਮ ਨਹੀਂ ਕਿਸੇ ਨੂੰ ਦੇਣਾ ਚਾਹੁੰਦੀ ਆਪਣੇ ਹਮਸਫਰ ਤੋਂ ਬਿਨਾ ਕੁਝ ਵੀ ਹੈ ਤੁਸੀਂ ਮਤਲਬ ਇੱਕ ਪਾਸੇ ਤੇ ਮਤਲਬ ਕਿਰਨਾ ਤੇ ਹਾਂ ਤੁਹਾਡੇ ਮਤਲਬ ਧਾਰਮਿਕ ਸਥਾਨ ਦੇ ਲਾਗੇ ਚੱਕੇ ਕੁਝ ਹੁੰਦਾ ਤੁਸੀਂ ਰੱਜ ਕੇ ਤੁਸੀਂ ਮਤਲਬ ਕਰੋ ਉਹਦੀ ਵਿਰੋਧ ਕਰ ਲਓ ਪਰ ਦੂਜਾ ਪਹਿਲੂ ਸੋਚਣ ਵਿਚਾਰਨ ਦੀ ਵੀ ਲੋੜ ਹੈ ਕਿ ਯਾਰ ਲੋਕਾਂ ਕੋਲ ਕਾਰੋਬਾਰ ਨਹੀਂ ਹੈਗਾ ਲੋਕਾਂ ਦਾ ਧਿਆਨ ਪੁੱਠੇ ਪਾਸੇ ਡਾਇਵਰਟ ਹੋ ਰਿਹਾ ਆ ਸਾਡੇ ਸ਼ਹਿਰ ਚ ਟੋਟਲ ਰੇੜੀਆਂ ਚੁੱਕੀਆਂ ਜਾ ਰਹੀਆਂ ਨੇ ਤੁਸੀਂ ਦੇਖਿਆ ਸ਼ਾਇਦ ਬਹੁਤ ਜ਼ਿਆਦਾ ਮਤਲਬ ਰੇੜੀ ਚੁੱਕੀ ਜਾ ਰਹੀ ਹਾਂ ਸ਼ਹਿਰ ਸਾਫ਼ ਸੁਥਰਾ ਹੋਣਾ ਚਾਹੀਦਾ ਟੂਰਿਸਟ ਨੂੰ ਸਹੂਲਤ ਮਿਲਣੀ ਚਾਹੀਦੀ ਆ ਖੁੱਲ ਮਿਲਣੀ ਚਾਹੀਦੀ ਆ ਆਉਣ ਜਾਣ ਦੀ ਬਟ ਇਹ ਨਹੀਂ ਹੈਗਾ ਉਹਦੇ ਬਦਲੇ ਉਹਨਾਂ ਨੂੰ ਹੱਲ ਤੇ ਦੋ ਨਾ ਯਾਰ ਉਹ ਕੰਮ ਕੀ ਕਰਨਗੇ ਜੇ ਤੁਸੀਂ ਸਾਰੇ ਰੇੜੀ ਵਾਲਿਆਂ ਦਾ ਮਤਲਬ ਜਿੰਨੇ ਰੋਜ਼ ਕਮਾ ਕੇ ਖਾਣਾ ਉਹਦਾ ਕਾਰੋਬਾਰ ਤਬਾਹ ਕਰੋਗੇ ਤੇ ਉਹ ਕ੍ਰਾਈਮ ਵੱਲ ਤੁਰ ਪੇਗਾ ਉਸ ਤੋਂ ਬਾਅਦ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਗਰੀਬੀ ਢਾਉਣੀਆਂ ਤੇ ਉਹਦੀ ਜਗ੍ਹਾ ਤੇ ਗਰੀਬੀ ਹਟਾ ਦਿਓ ਤੁਸੀਂ ਠੀਕ ਹੈ ਨਾ ਕੰਮ ਕੋ ਕਿਸੇ ਪਾਸੇ ਉਸਾਰੂ ਸੋਚ ਤੇ ਕਿਤੇ ਵਰਤੀ ਨਹੀਂ ਜਾ ਰਹੀ ਕਿ ਹਾਂ ਤੁਸੀਂ ਸ਼ਹਿਰ ਦੀ ਸੁੰਦਰਤਾ ਦਿਖਾਉਣੀ ਆ ਤਾਂ ਤੁਸੀਂ ਕਿਸ ਨੂੰ ਤਬਾਹ ਥੋੜੀ ਕਰ ਦੋਗੇ ਨਾ ਯਾਰ ਜਿਸ ਗੰਦਾ ਨਿਸ਼ਾਨ ਕਿਤੇ ਚੋਟ ਨੂੰ ਖੜੀ ਜਾਂਦੇ ਨੇ ਜੋਰ ਦੀ ਮਾਂ ਕੀ ਹੈ ਕਿ ਬੇਰੋਜ਼ਗਾਰੀ ਉਸ ਵੱਲ ਕਿਸੇ ਦਾ ਧਿਆਨ ਨਹੀਂ ਮੂੜਾ ਐਸਡੀਪੀਸੀ ਵੱਲ ਆਇਆ ਮੈਨੂੰ ਇਹ ਵੀ ਡਰ ਹੈ ਕਿ ਜਦੋਂ ਇਹ ਵੀਡੀਓ ਕਿਸੇ ਨੇ ਜਾਨੀਆ ਤਾਂ ਇਹ ਸਵਾਲ ਵੀ ਨੀਚੇ ਜ਼ਰੂਰ ਹੋਊਗਾ ਕਿ ਐਸਡੀਪੀਸੀ ਦੀ ਗੱਲ ਕੌਣ ਕਰ ਰਿਹਾ ਕਿਸ ਦੇ ਸਿਰ ਤੇ ਦਸਤਾਰ ਨੂੰ ਜਿਹਦੇ ਗਾੜੀ ਨਹੀਂ ਜਾਂ ਫਿਰ ਮੇਰੇ ਕਰਮ ਨੂੰ ਵੀ ਦੇਖਿਆ ਜਾਵੇ ਕਿ ਇਹ ਕਿਸ ਧਰਮ ਤੋਂ ਹੈ ਉਹ ਸਾਰੀਆਂ ਗੱਲਾਂ ਪਰ ਐਸਜੀਪੀਸੀ ਜਿਹਦੀ ਮੈਂ ਗੱਲ ਕਰਦਾ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਵੀ ਹੋ ਜਾਂਦੇ ਨੇ ਫਿਰ ਜਿੱਤ ਵੀ ਜਾਂਦੇ ਨੇ ਤਾਂ ਇਹ ਸਾਰਾ ਜਿਹੜਾ ਸਿਸਟਮ ਹੈ ਐਸਜੀਪੀਸੀ ਦਾ ਉਹ ਠੀਕ ਕਿਵੇਂ ਹੋਊਗਾ ਤੁਸੀਂ ਇਹ ਗੱਲ ਕਰ ਰਹੇ ਹੋ ਭਗਵੰਤ ਮਾਨ ਸੂਬੇ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਕਿ ਐਸਜੀਪੀਸੀ ਇਸ ਤਰੀਕੇ ਨਾਲ ਕਰਦੀ ਹੈ ਜਨਤਕ ਇਹ ਗੱਲ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਇਹ ਠੀਕ ਕਿਉਂ ਨਹੀਂ ਹੋ ਜਾ ਤੁਸੀਂ ਦੇਖੋ ਮੈਨੂੰ ਜਿੰਨੇ ਮਰਜ਼ੀ ਸਵਾਲ ਕੀਤੇ ਜਾਣ ਮੈਂ ਤੇ ਮੰਦਰ ਦੇ ਉੱਤੇ ਵੀ ਬੋਲਿਆ ਵੀ ਉਹਦੇ ਨਾਂ ਤੇ ਵੀ ਰਾਜਨੀਤੀ ਹੋਣ ਲਈ ਹੈ ਯਾਰ ਮੈਨੂੰ ਇਹਦੇ ਨਾਲ ਕੋਈ ਦਿੱਕਤ ਨਹੀਂ ਤੁਸੀਂ ਮੈਨੂੰ ਆਉਣ ਤੋਂ ਪਹਿਲਾਂ ਫੋਨ ਕੀਤਾ ਮੈਂ ਕਿਹਾ ਨਾਗਰਾ ਸਾਹਿਬ ਜੇ ਤੁਸੀਂ ਛੇਤੀ ਆਉਣਾ ਤੇ ਆ ਜੇ ਘੰਟਾ ਕ ਮੈਨੂੰ ਦੇ ਦੇਓ ਤਾਂ ਮੈਂ ਇਸ ਵੇਰੇ ਗੁਰਦੁਆਰੇ ਨਹੀਂ ਜਾ ਸਕਿਆ ਮੈਂ ਮੰਦਿਰ ਨਹੀਂ ਜਾ ਸਕਿਆ ਮੈਂ ਆਪਣਾ ਜਿੱਥੇ ਮੇਰਾ ਨੈਤਿਕ ਫਰਜ਼ ਹੈ ਜਿੱਥੇ ਮੈਂ ਜਵਾਬ ਦੇ ਆ ਮੈਂ ਉੱਥੇ ਜਾਣਾ ਚਾਹੁੰਦਾ ਮੈਨੂੰ ਇਹਨਾਂ ਨੂੰ ਸਫਾਈ ਦੇਣ ਦੀ ਲੋੜ ਨਹੀਂ ਮੈਂ ਦਾੜੀ ਕੱਟੀ ਮੈਂ ਆਪਣੀ ਗੱਲ ਕਰ ਰਿਹਾ ਮੈਂ ਆਪਣੀ ਵੀ ਗੱਲ ਕਰ ਰਿਹਾ ਜੀ ਮੈਂ ਵਾਲ ਕੱਟੇ ਜਾਂ ਤੁਸੀਂ ਕੱਟੇ ਇੱਕ ਦਿਨ ਇੱਕ ਸਵਾਲ ਮੈਨੂੰ ਜਥੇਦਾਰ ਕਾਲ ਤਖਤ ਪਹਿਲੇ ਸੀਗੇ ਗਿਆਨੀ ਗੁਰਬਚਨ ਸਿੰਘ ਜੀ ਮੈਂ ਉੱਥੇ ਕੋ ਮੈਮੋਰੰਡਮ ਦੇਣ ਗਿਆ ਤੇ ਮੇਰੀ ਦਾੜੀ ਨੂੰ ਹੱਥ ਫੇਰਦੇ ਨੇ ਕਹਿੰਦੇ ਜੀ ਇਹ ਵਧਾ ਲਓ ਮੈਂ ਕਿਹਾ ਜਥੇਦਾਰ ਜੀ ਗੁੱਸਾ ਨਾ ਕਰਿਓ ਮੈਂ ਕੱਟੀ ਦਾੜੀ ਵਾਲਾ ਸ਼ਾਇਦ ਉਹਨੇ ਮਤਲਬ ਨਕਾਮ ਨਹੀਂ ਜਿਹੜੇ ਗਲਤ ਕਰਦਾ ਹੂੰ ਕਈ ਤੁਹਾਡੇ ਵੱਡੀਆਂ ਦਾੜੀਆਂ ਵਾਲੇ ਜ਼ਿਆਦਾ ਕਰਦੇ ਨੇ ਪਹਿਲਾਂ ਉਹਨਾਂ ਦੇ ਉੱਤੇ ਤੂੰ ਤੁਸੀਂ ਮਤਲਬ ਕੰਟਰੋਲ ਉਹਨਾਂ ਦੀਆਂ ਤੇ ਫਿਲਮਾਂ ਤੱਕ ਆ ਜਾਂਦੀਆਂ ਨੇ ਤੇ ਮਤਲਬ ਇਨ੍ਹਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੁਸੀਂ ਜੇ ਤੁਹਾਡੇ ਉੱਤੇ ਕਿਸੇ ਨੇ ਕਿੰਤੂ ਪਰੰਤੂ ਕੀਤਾ ਇਹ ਤੇ ਨਹੀਂ ਮੈਂ ਗੁਰਦੁਆਰੇ ਗਿਆ ਤਾਂ ਮੈਂ ਵੀ ਮੈਂ ਉੱਥੇ ਦਾਨ ਕਰਾਂ ਨਾ ਕਰਾਂ ਮੇਰੇ ਸਾਹਮਣੇ ਗੁਰੂ ਘਰ ਦੀ ਬਿਦਬੀ ਹੋਣ ਈ ਆ ਜਿਉਂਦੇ ਪੈਸੇ ਦੀ ਦੁਰਵਰਤੋਂ ਨਹੀਂ ਤੇ ਉਹ ਸਵਾਲ ਕੋਈ ਵੀ ਕਰ ਸਕਦਾ ਉਹ ਤੁਸੀਂ ਹਿੰਦੂ ਫੈਮਿਲੀ ਤੋਂ ਤੁਸੀਂ ਗੁਰਦੁਆਰੇ ਜਾ ਕੇ ਕਰ ਸਕਦੇ ਹੋ ਮੈਨੂੰ ਲੱਗਦਾ ਮੈਂ ਮੰਦਿਰ ਜਾ ਕੇ ਵੀ ਕਰ ਇੰਨਾ ਚੀਜ਼ਾਂ ਤੇ ਮੈਨੂੰ ਜੋ ਮਰਜ਼ੀ ਕੋ ਬੋਲੀ ਜਾਵੇ ਮੈਨੂੰ ਉਹਦੇ ਨਾਲ ਕੋਈ ਫਰਕ ਫਰਕ ਨਹੀਂ ਪਰ ਇਹਨੂੰ ਸੁਧਰਨਾ ਕਿਸ ਤਰ੍ਹਾਂ ਹੈ 15 ਸਾਲਾਂ ਤੋਂ ਮੇਰਾ ਖਾਲਾ ਗੁਰਦੁਆਰੇ ਦੀ ਚੋਣ ਨਹੀਂ ਹੋਈ ਜਿਹੜੀ ਮੈਂਬਰਾਂ ਦੀ ਹੈ ਹਰ ਸਾਲ ਬਾਅਦ ਤੁਸੀਂ ਜਿਹੜਾ ਉਹ ਪ੍ਰਧਾਨ ਚੁਣਦੇ ਹੋ ਔਰ ਜਿਹੜੀ ਜਰਨਲ ਤੁਹਾਡੀ ਚੋਣ ਹੋਣ ਵਾਲੀ ਹੈ ਤੇ ਕਾਲੀਦਲ ਦਵੇ ਨਾ ਲਿਖ ਕੇ ਕਿ ਅਸੀਂ ਇਹ ਦੁਬਾਰਾ ਜਿਹੜੀ ਚੋਣ ਕਰਾਉਣਾ ਚਾਹੁੰਦੇ ਹਾਂ ਉਹ ਤੇ ਤੁਹਾਡੇ ਕੋਲ ਹੋ ਨਹੀਂ ਰਹੀ ਉਹ ਤੁਹਾਡੀ ਹਿੰਮਤ ਨਹੀਂ ਹੈਗੀ ਕਿ ਲੋਕ ਤੁਹਾਨੂੰ ਸ਼ਾਇਦ ਵੋਟਾਂ ਪਾਉਣਗੇ ਕਿ ਨਹੀਂ ਪਾਉਣਗੇ ਸੋ ਜੋ ਜੋ ਤੁਹਾਡੇ ਕੋਲੋਂ ਕੋ ਹਸਾਬ ਮੰਗਿਆ ਬੰਦੇ ਨੇ ਸ਼ਰਧਾ ਨਾਲ ਆਪਣਾ ਜਿਹੜਾ ਉਹ ਪੈਸਾ ਚੜਾਇਆ ਹੁੰਦਾ ਉਹ ਗੁਰੂ ਘਰ ਪ੍ਰਤੀ ਸ਼ਰਧਾ ਹੁੰਦੀ ਹੈ ਨਾ ਕਿ ਤੁਹਾਡੇ ਪ੍ਰਤੀ ਪਰ ਤੁਸੀਂ ਕੌਣ ਹੁੰਦੇ ਹੋ ਯਾਰ ਉਹਦੀ ਦੁਰਵਰਤੋਂ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ ਉਸ ਪੈਸੇ ਨੂੰ ਵਰਤਣ ਵਾਲੇ ਆਪਣੀ ਮਰਜ਼ੀ ਦੇ ਮੁਤਾਬਕ ਕੱਲ ਇਹਨਾਂ ਦੇ ਇੱਕ ਮੈਂਬਰ ਮੈਂ ਸੁਣਦਾ ਸੀਗਾ ਨਾਗਰਾ ਸਾਹਿਬ ਉਹ ਕਹਿ ਰਹੇ ਨੇ ਕਿ ਐਸਜੀਪੀਸੀ ਮੈਂਬਰ ਕੋ ਤਨਖਾਹ ਨਹੀਂ ਲੈਂਦਾ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਆਪਣੇ ਧਰਮ ਪ੍ਰਚਾਰ ਕਮੇਟੀ ਦਾ ਬਜਟ ਕੱਢ ਕੇ ਦਿਓ ਪਰ ਮੈਂਬਰ ਨੂੰ ਪਰ ਈਅਰ ਕਿੰਨੇ ਪੈਸੇ ਜਾਂਦੇ ਨੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ ਤੇ ਕੀ ਤੁਸੀਂ ਕਦੀ ਧਰਮ ਪ੍ਰਚਾਰ ਕੀਤਾ ਤੁਹਾਡੇ ਬਹੁਤ ਸਾਰੇ ਮੈਂਬਰਾਂ ਦੇ ਆਪਣੇ ਬੱਚੇ ਮੇਰੇ ਖਾਲਸਿਰ ਦੇ ਵਾਲ ਕੱਟੇ ਹੋਣਗੇ ਤੇ ਮਤਲਬ ਕਈ ਜਿਹੜੇ ਉਹ ਪੂਰਨ ਆਪਣੇ ਘਰ ਚ ਤੇ ਤੁਸੀਂ ਪ੍ਰਚਾਰ ਪ੍ਰਸਾਰ ਕਰ ਨਹੀਂ ਸਕਦੇ ਸਿੱਖੀ ਦਾ ਤੇ ਲੋਕਾਂ ਨੂੰ ਯਾਰ ਤੁਸੀਂ ਕੀ ਮਤਾਂ ਦਿੰਦੇ ਹੋ ਮੈਂ ਫਿਰ ਕਹਿੰਨਾ ਕਿ ਸਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਮੰਨਣਾ ਚਾਹੀਦਾ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਰੱਬ ਨੇ ਤੁਹਾਨੂੰ ਕਰੋਪੀ ਜਿਹੜੀ ਤੁਹਾਨੂੰ ਵੀ ਕੈਪਟਨ ਨੇ ਵੀ ਝੂਠ ਮਾਰਿਆ ਤੁਹਾਨੂੰ ਦੁਨਿਆਵੀ ਤੌਰ ਦੇ ਉੱਤੇ ਜਿਹੜੀ ਸਜ਼ਾ ਦੇ ਸਕੀ ਕੋਈ ਕੋਰਟ ਜਾਂ ਨਹੀਂ ਦੇ ਸਕੀ ਉਹ ਨਹੀਂ ਪਰ ਰੱਬ ਨੇ ਵਕਈ ਤੁਹਾਨੂੰ ਸਜ਼ਾ ਦਿੱਤੀ ਤੁਹਾਨੂੰ ਨੇ ਹਾਸ਼ੀਏ ਦੇ ਉੱਤੇ ਖੜੇ ਕਰ ਦਿੱਤਾ ਤੁਸੀਂ ਹੁਣ ਵੀ ਬਾਣੀ ਜਿਹੜੀ ਕਿਤੇ ਫ੍ਰੀ ਕਰਦੇ ਹੋ ਨਾ ਤੇ ਮੇਰਾ ਖਿਆਲ ਹੈ ਵੀ ਸ਼ਾਇਦ ਗੁਰੂ ਘਰ ਦੀ ਕਿਰਪਾ ਤੁਹਾਡੇ ਉੱਤੇ ਜਿਹੜੀ ਮਤਲਬ ਆਉਣੀ ਸ਼ੁਰੂ ਹੋ ਜੇ ਤੁਹਾਡਾ ਦੁਬਾਰਾ ਜਿਹੜਾ ਤੁਹਾਨੂੰ ਜਾਗ ਲੱਗ ਸਕਦੀ ਆ ਪਰ ਇੱਥੇ ਹੈ ਕੀ ਹੈ ਜੇ ਉਹਨੇ ਸਵਾਲ ਚੁੱਕ ਦਿੱਤਾ ਭਗਵੰਤ ਮਾਨ ਨੇ ਗੋਲਕ ਦੇ ਉੱਤੇ ਤੁਹਾਡਾ ਡੀਸੀ ਨੂੰ ਮੈਮੋਰੰਡਮ ਦੇਣ ਦੇ ਇਹਦੇ ਖਿਲਾਫ ਕਾਰਵਾਈ ਕਰ ਆਪਾਂ ਮਤਲਬ ਆਪਣੇ ਲੀਡਰਾਂ ਕੋ ਲੈਕਚਰ ਦਵਾ ਰਹੇ ਆ ਤੇ ਜਿਹੜੇ ਤੇਰੇ ਉੱਤੇ ਦੋਸ਼ ਲੱਗੇ 328 ਰੂਪ ਮਤਲਬ ਗਾਇਬ ਨੇ ਤੁਸੀਂ ਇੰਨਾ ਨਾ ਵੱਡਾ ਕਪਲਾ ਐਸਜੀਪੀਸੀ ਦੇ ਵਿੱਚ ਕਰਦੇ ਹੋ ਤੁਸੀਂ ਉਹਦੇ ਜਵਾਬ ਦੋ ਨਾ ਯਾਰ ਉਹਨਾਂ ਚੀਜ਼ਾਂ ਦੇ ਉੱਤੇ ਤੇ ਮੈਂ ਤੇ ਭਗਵੰਤ ਮਾਨ ਨੂੰ ਵੀ ਕਹੂੰਗਾ ਵੀ ਤੇਰੇ ਵੀ ਮੈਨੂੰ ਲੱਗਦਾ ਭਰਾਵਾ ਮੈਨੂੰ ਨਹੀਂ ਲੱਗਦਾ ਵੀ ਤੂੰ ਕੀ ਕਰਨਾ ਚਾਹੁੰਦਾ ਤੇਰੇ ਪੱਲੇ 328 ਰੂਪ ਜਿਹੜੇ ਨੇ ਉਹ ਜਿਹੜਾ ਸਟੋਰ ਕੀਪਰ ਸੀਗਾ ਉਹਨੇ ਸ਼ਿਕਾਇਤ ਕੀਤੀ ਕਿ ਇਹ ਮਿਸਯੂਜ਼ ਹੋਏ ਨੇ ਕਿਤੇ ਗਏ ਨੇ ਮਤਲਬ ਇਹ ਸਰੂਪ ਕਿੱਥੇ ਨੇ ਉਸ ਤੋਂ ਬਾਅਦ ਇੱਕ ਧਰਨਾ ਲੱਗ ਰਿਹਾ ਜਰਨਲ ਐਫ ਆਈ ਆਰ ਤੇ ਹੋਣੀ ਚਾਹੀਦੀ ਹੈ ਨਾ ਦਰਬਾਰ ਸਾਹਿਬ ਦੇ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਬਦਬੀ ਦੀ ਕੋਸ਼ਿਸ਼ ਹੁੰਦੀ ਹੈ ਉੱਥੇ ਬੰਦਾ ਜਿਹੜਾ ਜਿਹਦੇ ਉੱਤੇ ਦੋਸ਼ ਲੱਗਾ ਉਹਨੂੰ ਕੋਟ-ਕੋਟ ਕੇ ਮਾਰ ਦਿੱਤਾ ਗਿਆ ਪੁਲਿਸ ਉਹਦੀ ਇਨਵੈਸਟੀਗੇਸ਼ਨ ਕਰਨਾ ਚਾਹੁੰਦੀ ਸੀ ਔਰ ਉੱਥੇ ਪ੍ਰਧਾਨ ਸਾਹਿਬ ਆ ਜਾਂਦੇ ਨੇ ਨਹੀਂ ਇਹਦੀ ਇਨਵੈਸਟੀਗੇਸ਼ਨ ਅਸੀਂ ਖੁਦ ਕਰਾਂਗੇ ਹੁਣ ਮੈਨੂੰ ਇੱਕ ਚੀਜ਼ ਦੱਸ ਦਿਓ ਜਿਸ ਬੰਦਾ ਉੱਥੇ ਆਇਆ ਉਹਦੇ ਕੋਈ ਫਿੰਗਰਪ੍ਰਿੰਟ ਉਦਿਆਂ ਕੋ ਕਾਲ ਡਿਟੇਲਸ ਜਾਂ ਉਹਦਾ ਕੋ ਮਤਲਬ ਪਾ ਕੇ ਜਿਹੜਾ ਫੇਸ ਸਕੈਨ ਕਰਕੇ ਕੁਝ ਵੀ ਕਿਸੇ ਤਰੀਕੇ ਵੀ ਉਹਦੀ ਪਹਿਲਾਂ ਪਛਾਣ ਜਿਹੜੀ ਕੱਢਣੀ ਜ਼ਰੂਰੀ ਸੀ ਇਹ ਐਸਡੀਪੀਸੀ ਹੈ ਕਿ ਐਫਬੀਆਈ ਹੈ ਕਿ ਇਹਦੇ ਕੋ ਸਾਰਾ ਹੀ ਮਤਲਬ ਸਾਧਣਾ ਹੈਗੇ ਨੇ ਆਪਣੇ ਆਪ ਕਰ ਲੈਣਗੇ ਜਦੋਂ ਸੂਈ ਇਹਨਾਂ ਦੇ ਵੱਲ ਨੂੰ ਜਾਣੀ ਸ਼ੁਰੂ ਹੁੰਦੀ ਤੇ ਇਹਨਾਂ ਕੋ ਬਹੁਤ ਵੱਡਾ ਹਥਿਆਰ ਹੈ ਮਤਲਬ ਅਸੀਂ ਇਹਦਾ ਕੰਮ ਆਪੇ ਕਰਾਂਗੇ 328 ਰੁਪਏ ਗਾਇਬ ਹੋਏ ਮੈਂ ਛੋਟੀ ਜੀ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਮੈਂ ਹਰਮੰਦਰ ਸਾਹਿਬ ਚਲੇ ਗਿਆ ਮੰਨ ਲਓ ਅੰਦਰ ਜਾ ਕੇ ਜੇ ਮੈਂ ਕੋਈ ਧਾਰਮਿਕ ਕਤਾਈ ਕਰਦਾ ਤੇ ਮੈਨੂੰ ਉਹਦੀ ਸਜ਼ਾ ਦੇਣਗੇ ਘਾਲ ਤਖਤ ਸਾਹਿਬ ਦੇ ਜਥੇਦਾਰ ਮੈਨੂੰ ਐਸਜੀਪੀਸੀ ਮੇਰੇ ਉੱਤੇ ਕੋਈ ਕਾਰਵਾਈ ਕਰ ਸਕਦੀ ਹੈ ਠੀਕ ਹੈ ਜੇ ਅੰਦਰ ਜਾ ਕੇ ਮੈਂ ਕੋਈ ਮਤਲਬ ਕਿਸੇ ਨਾਲ ਝਗੜਾ ਕਰ ਲਿਆ ਜਿਹਨੂੰ ਫੌਜਦਾਰੀ ਕਹਿੰਦੇ ਨੇ ਮੈਂ ਕਿਸੇ ਦੇ ਸੱਟ ਲਾਤੀ ਮੈਂ ਕਿਸ ਦੀ ਚੋਰੀ ਕਰ ਲਈ ਉਹਦਾ ਪਰਚੇ ਐਸਜੀਪੀਸੀ ਦਰਜ ਕਰੂਗੀ ਉਹਦੇ ਲਈ ਤਾਂ ਤੁਸੀਂ ਸਬੰਧਤ ਥਾਣੇ 'ਚ ਜਾਓਗੇ ਨਾ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕੋਈ ਦੀ ਜਾਂਚ ਅਸੀਂ ਆਪ ਕਰਾਂਗੇ 328 ਰੂਪ ਨੇ ਤੁਸੀਂ ਉਹ ਵੀ ਰੋਕ ਦਿੱਤੀ ਵੀ ਅਸੀਂ ਨਹੀਂ ਕਰਨ ਦੇਣਾ ਚਾਹੁੰਦੇ ਮੈਂ ਤਾਂ ਕਹਿਣਾ ਕਿ ਸਰਕਾਰ ਨੂੰ ਇਹ ਲਿਖ ਕੇ ਲਾ ਦੇਣਾ ਚਾਹੀਦਾ ਕਿ ਹਰਮੰਦਰ ਸਾਹਿਬ ਦੇ 2-3 ਕਿਲੋਮੀਟਰ ਵਾਲੇ ਦੁਆਲੇ ਸਾਡੀ ਕੁਛ ਨਹੀਂ ਚੱਲਦੀ ਤੇ ਨਾ ਸਾਡੀ ਇਹ ਜੂਰੀ ਡਿਕਸ਼ਨ ਉੱਥੋਂ ਦਾ ਵੱਖਰਾ ਹੀ ਮੁੱਖ ਮੰਤਰੀ ਬਣਾ ਦਿਓ ਵੱਖਰਾ ਹੀ ਉੱਥੇ ਐਸਐਸਪੀ ਲਾ ਦਿਓ ਮਤਲਬ ਜਿਹੜਾ ਆਪਣੇ ਅਕਾਉਂਟਿੰਗ ਦੀ ਜਾਂਚ ਕਰੇ ਤੇ ਆਪਣੇ ਅਨਸਾਰ ਹੀ ਚਲਾਵੇ ਇਹਨਾਂ ਚੀਜ਼ਾਂ ਦੇ ਉੱਤੇ ਤੋ ਤੁਸੀਂ ਫੋਕਸ ਨਹੀਂ ਕਰਦੇ ਕਿ ਯਾਰ ਜਨਤਾ ਦੀਆਂ ਇੰਨੀਆਂ ਕੰਪਲੇਂਟ ਨੇ ਤੁਸੀਂ ਪੰਜਾਬ ਦੇ ਮਤਲਬ ਹਾਲਾਤ ਕੀ ਬਣਾ ਦਿੱਤੇ ਨੇ ਤੇ ਤੁਸੀਂ ਕਰ ਕੀ ਰਹੇ ਹੋ ਦੂਜੀ ਚੀਜ਼ ਮੈਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਕਿ ਆਪੋਜੀਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਤੁਸੀਂ ਵੀ ਕਿਤੇ ਹੋ ਤੁਸੀਂ ਸਕੂਲ 'ਚ ਪੜ੍ਹਦੇ ਰਹੇ ਹੋ ਟੀਚਰ ਠੀਕ ਹੈ ਤੁਹਾਡੇ ਜਿਹੜੇ ਮਤਲਬ ਵਿਰੋਧੀ ਬੱਚੇ ਹੁੰਦੇ ਨੇ ਮਤਲਬ ਇਹ ਤੇ ਹਿਊਮਨ ਨੇਚਰ ਹੈ ਮੱਲੇ 'ਚ ਵੀ ਸ਼ੁਰੂ ਹੋ ਜਾਂਦਾ ਕਲਾਸ 'ਚ ਵੀ ਸ਼ੁਰੂ ਹੋ ਜਾਂਦਾ ਉਹ ਤੁਹਾਡੀਆਂ ਕਮੀਆਂ ਦੱਸਦੇ ਨੇ ਤੇ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਵੱਧ ਕਿਸਮਤੀ ਆ ਨਾਗਰਾ ਸਾਹਿਬ ਨਾ ਦੇਸ਼ ਚ ਆਪੋਜੀਸ਼ਨ ਹੈ ਸਾਰੇ ਹੀ ਵਪਾਰੀ ਬਣ ਗਏ ਉਹ ਡਰਦੇ ਨੇ ਆਪਣੇ ਕਾਰੋਬਾਰ ਤੋਂ ਕਿ ਕਿਤੇ ਈਡੀ ਆ ਜੂ ਕਿਤੇ ਇਨਕਮ ਟੈਕਸ ਆ ਜੂ ਇੱਥੇ ਵੀ ਪੰਜਾਬ ਦੇ ਵਿੱਚ ਕੋਈ ਆਪੋਜੀਸ਼ਨ ਨਹੀਂ ਸਾਰੇ ਹੀ ਡਰਦੇ ਨੇ ਕਿਉਂਕਿ ਪੁਰਾਣੇ ਕੀਤੇ ਪਾਪ ਡਰਾਉਂਦੇ ਨੇ ਮਤਲਬ ਉਹਨਾਂ ਨੂੰ ਇਹ ਡਰ ਲੱਗਾ ਰਹਿੰਦਾ ਕਿ ਯਾਰ ਸਰਕਾਰ ਨੇ ਸਾਨੂੰ ਹੱਥ ਪਾ ਲੈਣਾ ਵਿਜੀਲੈਂਸ ਨੇ ਸਾਨੂੰ ਹੱਥ ਪਾ ਲੈਣਾ ਆਪੋਜੀਸ਼ਨ ਕਿਤੇ ਨਜ਼ਰ ਨਹੀਂ ਆ ਰਹੀ ਤੇ ਸਰਕਾਰ ਦੀਆਂ ਕਮੀਆਂ ਕੱਢੀਆਂ ਨਹੀਂ ਜਾ ਰਹੀਆਂ ਛੋਟਾ ਜਿਹਾ ਮੇਰਾ ਮਤਲਬ ਤੁਹਾਨੂੰ ਮਿਸਾਲ ਦੇਣ ਲੱਗਾ ਕਿ ਮੋਦੀ ਸਾਹਿਬ ਨੇ 10 ਲੱਖ ਦਾ ਸੂਟ ਪਾਇਆ ਸੀ ਤੇ ਸਾਰੇ ਦੇਸ਼ 'ਚ ਬਵਾਲ ਮਚਿਆ ਸੀਗਾ ਮਾਨ ਸਾਹਿਬ 4 ਲੱਖ ਦੀ ਜੁੱਤੀ ਪਾਉਂਦੇ ਕਿ ਵਿਰੋਧੀ ਦਾ ਬਿਆਨ ਵੀ ਆਇਆ ਵੀ ਯਾਰ 4 ਲੱਖ ਦੀ ਜੁੱਤੀ ਪਾਈ ਫਿਰਦੇ ਹੋ ਤੁਸੀਂ ਕਿਸੇ ਨੇ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਸੀਗਾ ਇਹ ਸਾਦਾ ਪੰਨ ਸੀਗਾ ਮਤਲਬ ਤੁਸੀਂ ਕੋਈ ਵਿਰੋਧੀ ਧਿਰ ਨਹੀਂ ਹੈਗੀ ਛੋਟੇ ਤੋਂ ਵੱਡੇ ਈਸ਼ੂ ਤੱਕ ਚਾਹੇ ਤੁਸੀਂ ਜੀਰਾ ਫੈਕਟਰੀ ਚ ਲਾ ਲਓ ਚਾਹੇ ਤੁਸੀਂ ਕਿਤੇ ਵੀ ਲਾ ਲਓ ਕਿਤੇ ਵੀ ਜਿਹੜੇ ਮਤਲਬ ਪੋਲਿਟਿਸ਼ੀਨ ਤੁਹਾਨੂੰ ਨਜ਼ਰ ਹੀ ਨਹੀਂ ਆਉਣਗੇ ਸਰਕਾਰ ਉਹਨਾਂ ਨੂੰ ਇਸ਼ਾਰਾ ਕਰਦੀ ਆ ਤੁਸੀਂ ਆਣਾ ਕਿ ਨਹੀਂ ਆਣਾ ਚਾਹੇ ਉਹ ਲਤੀਫਪੁਰਾ ਚਾਹੇ ਉਹ ਜੀਰਾ ਫੈਕਟਰੀ ਆ ਕੋਈ ਵੀ ਨਹੀਂ ਅੱਜ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਕਿੰਨਾ ਸਾਨੂੰ ਮਤਲਬ ਸ਼ਰਮ ਆਉਣੀ ਚਾਹੀਦੀ ਆ ਯਾਰ ਅੱਜ ਤੁਸੀਂ ਇੱਕ ਖਬਰ ਦੀ ਹੈਡਲਾਈਨ ਪੜੋ ਹਾਈ ਕੋਰਟ ਨੇ ਕਿਹਾ ਕਿ ਰੱਬ ਦਾ ਵਾਸਤਾ ਤੁਹਾਡੇ ਕੋਲੋਂ ਨਸ਼ਾ ਨਹੀਂ ਖਤਮ ਹੁੰਦਾ ਘਾਟ ਹੀ ਕਰ ਦਿਓ ਇਹਨੂੰ ਮਤਲਬ ਇੱਕ ਕੋਰਟ ਇਹ ਕਹਿ ਰਹੀ ਹੈ ਮਤਲਬ ਹੁਣ ਤੇ ਸੀ ਇਹ ਆ ਗਏ ਨਾ ਵੀ हां या यार आ नहीं खाना चल आ खाला तू मतलब कोर्ट तक ਹੱਥ ਖੜੇ ਕਰ ਚੁੱਕੀ ਆ ਤੇ ਕਿੱਥੋਂ ਤੁਸੀਂ ਪੰਜਾਬ ਨੂੰ ਦਰੁਸਤ ਕਰਨ ਦੀਆਂ ਗੱਲਾਂ ਕਰਦੇ ਹੋ ਯਾਰ ਕੋਈ ਇਹਦਾ ਮਤਲਬ ਵਾਲੀ ਵਾਰਸ ਨਹੀਂ ਸੋ ਮੈਂ ਖੀਰ ਦੇ ਵਿੱਚ ਤੁਹਾਨੂੰ ਜਿਹੜਾ ਟੌਪਿਕ ਤੁਸੀਂ ਸ਼ੁਰੂ ਕੀਤਾ ਸੀ ਸਾਰ ਸੁਖਵੀਰ ਬਾਦਲ ਇੱਥੇ ਸੇਵਾ ਕਰਨ ਆਏ ਨੇ ਜੋੜਿਆਂ ਦੀ ਮੈਂ ਰੋਜ਼ ਜਾਂਦਾ ਮਤਲਬ ਮੈਨੂੰ ਕੋ ਦੱਸਣ ਦੀ ਜ਼ਰੂਰਤ ਨਹੀਂ ਕਿ ਉੱਥੇ ਮੈਂ ਜੋੜੇ ਸਾਫ਼ ਕਰਦਾ ਕਿ ਨਹੀਂ ਰੱਖਦਾ ਕਿ ਨਹੀਂ ਪਰ ਮੈਂ ਤੁਹਾਨੂੰ ਸੁਖਵੀਰ ਬਾਦਲ ਜੀ ਇਹ ਕਹਿਣਾ ਚਾਹੁੰਦਾ ਰੱਬ ਦੀ ਸੇਵਾ ਦੇ ਉੱਤੇ ਮੈਂ ਕਿੰਤੂ ਭਰੰਤੂ ਨਹੀਂ ਕਰਨਾ ਚਾਹੁੰਦਾ ਪਰ ਅਸਲੀ ਸੇਵਾਏ ਆ ਰੱਬ ਦਾ ਵਾਸਤਾ ਭਰਾਵਾ ਮੈਂ ਤਾਂ ਤੈਨੂੰ ਝੋਲੀ ਾੜ ਕੇ ਕਹਿੰਦਾ ਕਿ ਤੇਰੀ ਚੜਦੀ ਕਲਾ ਲਈ ਅਰਦਾਸ ਕਰੂੰਗਾ ਜਿਹੜੇ ਤੇਰੇ ਤੇ ਮੇਨ ਦੋਸ਼ ਲੱਗਦੇ ਨੇ ਚਾਹੇ ਉਹ 328 ਰੂਪ ਵਾਲੇ ਨੇ ਚਾਹੇ ਬਾਣੀ ਨੂੰ ਫ੍ਰੀ ਕਰਨ ਦਾ ਉਹ ਤੇ ਤੇਰੇ ਹੱਥ 'ਚ ਹੈ ਨਾ 328 ਰੂਪ ਜਿਹੜੇ ਮਹਾਰਾਜ ਦੇ ਗਾਇਬ ਨੇ ਉਹ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਲਵੇ ਤੂੰ ਤੁਹਾਨੂੰ ਫੇਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਪਰ ਜਿਹੜੀ ਬਾਣੀ ਤੇਰੇ ਕਬਜ਼ੇ ਚ ਔਰ ਤੂੰ ਠੋਕ ਵਜਾ ਕੇ ਕਹਿੰਦਾ ਚੈਨਲ ਮੇਰਾ ਤੈਨੂੰ ਸ਼ਰਮ ਨਹੀਂ ਆਈ ਯਾਰ ਜਦੋਂ ਤੂੰ ਮਤਲਬ ਇਹ ਬਾਣੀ ਦਾ ਠੇਕਾ ਲੈ ਲਿਆ ਸੀਗਾ ਉਹ ਪਹਿਲਾਂ ਆਈਟੀਸੀ ਕੋਲ ਚੱਲਦਾ ਸੀ ਮੁੜ ਕੇ ਤੂੰ ਲੈ ਲਿਆ ਉਹਦੇ ਉੱਤੇ ਕਬਜ਼ਾ ਕਰ ਲਿਆ ਤੈਨੂੰ ਇਹ ਚੈਨਲ ਆਪਣੇ ਪੋਲੀਟੀਕਲੀ ਮੰਤਵ ਲਈ ਰੱਖਣਾ ਚਾਹੀਦਾ ਨਾ ਕਿ ਗੁਰੂ ਘਰਾਂ ਦੀ ਬਾਣੀ ਲਈ ਸੋ ਕਿਤੇ ਤੂੰ ਇਹਨੂੰ ਹੀ ਫ੍ਰੀ ਕਰ ਦੇ ਤੇ ਇਹ ਲੋਕਾਂ ਦੀ ਬੜੀ ਵੱਡੀ ਡਿਮਾਂਡ ਹੈ ਕਿ ਕੋਈ ਬਾਣੀ ਨੂੰ ਹਰ ਬੰਦਾ ਹੀ ਸੁਣਨਾ ਚਾਹੁੰਦਾ ਸਾਡੀ ਮਜਬੂਰੀ ਨਾ ਬਣਾ ਕੇ ਅਸੀਂ ਬਾਣੀ ਸੁਣਨੀ ਆ ਤੇ ਸਾਡੇ ਘਰ ਪੀਟੀਸੀ ਹੋਊਗਾ ਤੇ ਅਸੀਂ ਸੁਣ ਸਕਦੇ ਆ ਜਿਹਦੇ ਘਰ ਪੀਟੀਸੀ ਨਹੀਂ ਉਹ ਚਲਾਤ ਨਹੀਂ ਸੁਣ ਸਕਦਾ ਉਹਨੂੰ ਮਤਲਬ ਆਤ ਨਹੀਂ ਨਾ ਸਕਦਾ ਟੀਵੀ ਦੇ ਉੱਤੇ ਔਰ ਇੱਕ ਚੀਜ਼ ਮੈਂ ਤੁਹਾਨੂੰ ਲਾਸਟ ਚ ਕਹਾਂ ਕਿ ਬਹੁਤ ਵੱਡੇ ਬਹਾਨੇ ਬਣਾਉਂਦੇ ਨੇ ਕਿ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਗੁਰੂ ਘਰ ਦੇ ਅੰਦਰ ਜਾ ਕੇ ਕਿ ਇਹਦੇ ਨਾਲ ਮਤਲਬ ਡਿਸਟਰਬ ਹੁੰਦਾ ਕਿਉਂ ਚਲੋ ਮੈਂ ਮੰਨ ਲਿਆ ਯਾਰ ਇਹਦੇ ਨਾਲ ਤੁਹਾਡਾ ਅੰਦਰ ਡਿਸਟਰਬ ਹੁੰਦਾ ਤੇ ਬਾਹਰੋਂ ਤੇ ਤੁਸੀਂ ਲੋਕਾਂ ਨੂੰ ਕਾਪੀ ਕਰਕੇ ਚਲਾਉਣ ਦਿਓ ਨਾ ਅੱਜ ਹਾਲਾਤ ਇਹ ਨੇ ਤੁਸੀਂ ਵੀ ਜਾਇਓ ਹਰਮੰਦਰ ਸਾਹਿਬ ਉੱਥੇ ਕੈਮਰਾ ਕਰਿਓ ਮਹਾਰਾਜ ਦੀ ਤਾਬਿਆਂ 'ਚ ਮੈਂ ਨਹੀਂ ਕਹਿੰਦਾ ਤੁਹਾਡਾ ਪਰਿਵਾਰ ਤੰਦਰੁਸਤ ਹੋਵੇ ਤੁਹਾਡੇ ਕੋਈ ਬਜ਼ੁਰਗ ਕੈਨੇਡਾ ਅਮਰੀਕਾ ਬੈਠੇ ਹੋਣ ਉਹ ਅੰਤਮ ਮਤਲਬ ਸਥਿਤੀ ਦੇ ਉੱਤੇ ਹੀ ਹੋਣ ਤੇ ਤੁਹਾਨੂੰ ਕਹਿਣ ਅੰਦਰ ਯਾਰ ਲਾਈਵ ਦਰਸ਼ਨ ਕਰਾ ਦਿਓ ਤੇ ਇੰਨੀ ਮਤ ਨਹੀਂ ਹੈਗੀ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਅੰਦਰ ਜਾ ਕੇ ਮਤਲਬ ਫੋਟੋ ਵੀ ਤੁਹਾਨੂੰ ਕੈਪਚਰ ਕਰਕੇ ਬਾਹਰੋਂ ਲੈ ਕੇ ਮਤਲਬ ਭੇਜ ਸਕਦੇ ਹੋ ਤੁਸੀਂ ਮਤਲਬ ਇਹ ਹਾਲਾਤ ਯਾਰ ਤੁਸੀਂ ਬਣਾਏ ਨੇ ਮਤਲਬ ਇਹ ਕੋਈ ਤੁਹਾਡੀ ਰਿਆਸਤ ਚੱਲਦੀ ਹੈ ਹਰਮੰਦਰ ਸਾਹਿਬ ਮਤਲਬ ਜੋ ਤੁਸੀਂ ਚਾਹੋਗੇ ਉਹ ਹੋਊਗਾ ਸੋ ਕੋ ਅਕਲ ਨੂੰ ਹੱਥ ਮਾਰੋ ਸ਼ਾਇਦ ਰੱਬ ਤੁਹਾਨੂੰ ਪੰਜਾਂ ਸੱਤਾਂ ਦਹਾਂ ਸਾਲਾਂ ਬਾਅਦ ਮੋੜਾ ਪਾਵੇ ਜਿੰਨਾ ਚਿਰ ਤੁਸੀਂ ਹਰਮੰਦਰ ਸਾਹਿਬ ਨਾਲ ਧੋਖਾ ਨਹੀਂ ਛੱਡਦੇ ਤੁਸੀਂ ਲੋਕਾਂ ਨਾਲ ਤੇ ਬਹੁਤ ਕਰ ਲਿਆ ਮੈਂ ਤੁਹਾਨੂੰ ਕਹਿੰਨਾ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਉਸ ਬਾਬੇ ਦਾ ਮਤਲਬ ਅਸੀਂ ਉਹਦੇ ਉਪਾਸ਼ਕ ਆ ਉਹਨਾਂ ਦੇ ਤੁਹਾਨੂੰ ਸਾਰਿਆਂ ਨੇ ਬਾਤਸੀਸਾਂ ਹੀ ਦੇਣੀਆਂ ਕੁਝ ਨਹੀਂ ਤੁਹਾਡਾ ਬਣਨਾ ਇਸ ਪੰਜਾਬ ਦੇ ਵਿੱਚ ਸੋ ਕੀਰ ਵੀ ਚਹੀ ਗੂਗਾ ਕਿ ਤਲੰਗਿਲਾਂ ਰਾਤ ਚੱਲੇ ਗਏ ਰਾਤ ਨੂੰ ਸਭ ਚੱਲੇ ਗਏ ਸੋ ਇਸ ਇੰਟਰਵਿਊ ਦਾ ਮਕਸਦ ਸਿਰਫ ਇਨਾਕ ਸੀਗਾ ਕਿ ਤੁਹਾਨੂੰ ਤੁਸੀਂ ਇਸ ਬਾਰੇ ਆਪਣੀ ਕੀ رائے ਰੱਖਦੇ ਹੋ ਜਾਂ ਫਿਰ ਇਸ ਤਰੀਕੇ ਦੇ ਨਾਲ ਐਸਜੀਪੀਸੀ ਤੇ ਜਾਂ ਫਿਰ ਉਹਦੇ ਜਿਹੜਾ ਗੁਰਬਾਣੀ ਦੇ ਪ੍ਰਚਾਰ ਤੇ ਨਿਜੀ ਚੈਨਲ ਨੂੰ ਦੇ ਕੇ ਜਿਹੜਾ ਉਹਦਾ ਪ੍ਰਚਾਰ ਨੂੰ ਜਿਹੜਾ ਉਹਦਾ ਐਕਸੈਸ ਸਾਨੂੰ ਲਿਮਟਿਡ ਕੀਤਾ ਉਸ ਨੂੰ ਲੈ ਕੇ ਮੰਗਲ ਜੀ ਨੇ ਆਪਣੀ ਅੱਜ ਇੱਕ ਪੋਸਟ ਪਾਈ ਸੀ ਨਾ ਉਸ ਦਾ ਡਾਇਲੋਗ ਕਿੱ사ਕੀ ਉਸ ਦੇ ਨਾਲ ਵਿਚਾਰ ਚਰਚਾ ਕਰ ਸਕੀ ਤੁਸੀਂ ਇਸ ਬਾਰੇ ਆਪਣੀ ਕੀ رائے ਰੱਖਦੇ ਹੋ ਇਸ ਮੁੱਦੇ ਬਾਰੇ ਸਾਨੂੰ ਨੀਚੇ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਆ ਉਹ ਮੂਵੀ ਇਸ ਨੂੰ ਜੀ ਤਵੈਲੇ ਹੀ ਮਾਫੀ ਹੈ ਇਸ ਵੀਡੀਓ ਦਾ ਮਕਸਦ ਸਿਰਫ ਇਨਾ ਸੀ ਤਾਂ ਇਸ ਤੇ ਵਿਚਾਰ ਚਾਹਤ ਸੀ ਕੈਮਰਾ ਪਰਸਨ ਮਿਲਦੇ ਨਾਲ ਮੈਸੇਜਿੰਗ ਕਰ ਰ ਅਮਰੀਕ ਸਰ